ਸਸੀਕਾਲ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਖੁੱਬਣ ਜਿੱਥੇ ਗੱਲ ਕਰਾਂਗੇ ਸ਼ੇਰਾ ਖੁੱਬਣ ਦੇ ਪਰਿਵਾਰ ਨਾਲ ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਖਿਡਾਰੀ ਇੱਕ ਗੈਂਗਸਟਰ ਬਣਿਆ ਕਿਹਨਿ ਕਿਹਦੇ ਨਾਲ ਉਹਦੀ ਦੁਸ਼ਮਣੀ ਸੀ ਕਿਸ ਤਰੀਕੇ ਨਾਲ ਇੱਕ ਦੌਰ ਦਾ ਅੰਤ ਹੋਇਆ ਸ਼ੇਰਾ ਖੁੱਬਣ ਗਰੁੱਪ ਕਿਵੇਂ ਬਣਿਆ ਕਿਵੇਂ ਕਿਵੇਂ ਉਹਨਾਂ ਦੀਆਂ ਦੁਸ਼ਮਣੀਆਂ ਚੱਲੀਆਂ ਤੇ ਕੀ ਕੀ ਉਹਨੇ ਜ਼ਿੰਦਗੀ ਦੇ ਵਿੱਚ ਕੀਤਾ ਕਿਹੜਾ ਬਦਲਾ ਸੀ ਜਿਨੇ ਇੱਕ ਖਿਡਾਰੀ ਨੂੰ ਇੱਕ ਗੈਂਗਸਟਰ ਬਣਾ ਕੇ ਪੇਸ਼ ਕੀਤਾ ਗੁਰ ਸ਼ਹੀਦ ਥੋੜਾ ਪਰਿਵਾਰ ਦਾ ਹੈਪੀ ਤੇ ਸ਼ੇਰਾ ਖੁੱਪਣ ਕਿਵੇਂ ਬਣਿਆ ਅੱਜ ਵੀ ਤੁਸੀਂ ਕਿਸੇ ਥਰੋਅਰ ਨੂੰ ਦੇਖ ਲਓ ਜਦੋਂ ਥਰੋਅ ਲਾਏਗਾ ਨਾ ਉਹਦੇ ਮੂੰਹ ਦੇ ਵਿੱਚ ਇੱਕ ਆਵਾਜ਼ ਆਏਗੀ ਬੜਕ ਬਜੇਗੀ ਹਾਂਜੀ ਤਾਂ ਜਿਹੜਾ ਇਹਦਾ ਕੋਚ ਸੀ ਨਾ ਸਰਦਾਰ ਨਿਰਮਲ ਸਿੰਘ ਹਾਂਜੀ ਲੁਧਿਆਣੇ ਉਹ ਕਹਿੰਦੇ ਯਾਰ ਇਹ ਹੈਪੀ ਹੂਪੀ ਦਾ ਕਿਹੜੇ ਆਵੇ ਜਾਨਵਰਾਂ ਵਾਲੇ ਬੱਚਿਆਂ ਦੇ ਨਾਂ ਨੇ ਤੂੰ ਤਾਂ ਸ਼ੇਰ ਹੈ ਯਾਰ ਤੇਰੀ ਸ਼ੇਰ ਹੈਗੀ ਸ਼ੇਰਰ ਦੀ ਬੜਕੇ ਅੱਛਾ ਜੀ ਉਹਨੇ ਦਾ ਨਾਂ ਸ਼ੇਰਾ ਰੱਖਿਆ ਸੀ ਅਸੀਂ ਨਹੀਂ ਰੱਖਿਆ ਸੀ ਇਹਦਾ ਨਾਂ ਅਸੀਂ ਤੈਨੂੰ ਪਿਆਰ ਨਾਲ ਹੈਪੀ ਆਦੇ ਸੀ वैसे मेरा बेटा पुलिस ਨੇ ਨਹੀਂ ਮਾਰਿਆ ਜੀ ਇਹ ਪੇਡ ਕਤਲ ਏ ਜੀ ਇਹਦਾ ਉਹ ਇਹਦਾ ਕਤਲ ਏ ਪਰ ਚਲੋ ਸਾਡੇ ਸਮਾਜ ਦੇ ਵਿੱਚ ਚੱਲਦਾ ਹੈ ਤੇ ਕੋਈ ਵੀ ਇਹ ਜੀ ਰੋਟੀ ਨਹੀਂ ਹੈ ਸਾਡੀ ਦੋ ਜਿੰਗਾਂ ਦੀ ਜਦੋਂ ਅਸੀਂ ਰੋਟੀ ਖਾਣ ਲੱਗੇ ਹੋਈਏ ਤੇ ਅਸੀਂ ਇਹਨੂੰ आवाज ਨਾ ਮਾਰ ਗਏ ਅੱਜ ਤੱਕ ਹੈ ਜੀ ਕੋਈ ਫੁਰਕੀ ਨਹੀਂ ਗਈ ਅਸੀਂ ਇਹਨੂੰ ਆਣੇ ਆਪੋਸ ਰੋਟੀ ਖਾਈਏ ਇਹ ਦੇ ਨਾਲ ਤੁਹਾਡਾ ਮਾਪ ਨੂੰ ਨਾ ਵੇਖੇ ਜਿਹੜੇ ਦੇਣਾ ਸੀ ਵੇਖਿਆ ਨਾ ਇਹ ਜੀ ਨੋ ਜਾਨਾ ਦੇ ਕੋਈ ਬੇਨਤੀ ਵੀ ਇਸ ਪਾਸੇ ਨਾ ਕੋਈ ਆਵੇ ਬਸ ਉਹ ਇਹਦੇ ਗੋਡਿਆਂ ਤੇ بیسਬਾਲ ਮਾਰਦੇ ਰਹੇ ਪਰ ਇਹਦੇ ਚਰਬੀ ਇੰਨੀ ਸੀ ਅੱਛਾ ਜੀ ਬੇ ਨਾਏ ਦੇ ਕੋਈ ਮਰ ਗੋਡਾ ਟੁੱਟਿਆ ਉਹ ਤੋੜਨਾ ਚਾਹੁੰਦੇ ਸੀ ਹੱਡ ਤੋੜਨਾ ਚਾਹੁੰਦੇ ਸੀ ਠੀਕ ਹੈ ਜੀ ਪਰ ਸਿਰ ਦੇ ਵਿੱਚ ਹੀ ਉਹਨਾਂ ਨੇ بیسਬਾਲ ਮਾਰੇ ਸਿਰ ਤਾਂ ਪਾੜ ਗਿਆ ਸੀ ਇਹਦੇ ਜੋ ਟੋਟਲ 32 ਟਾਂਕੇ ਲੱਗੇ ਸੀ ਚੰਡੀਗੜ੍ਹ ਵਾਲੇ ਮੁੰਡੇ ਨੂੰ ਨਾਲ ਲਿਆ ਹਾਂਜੀ ਵੀ ਤੂੰ ਯਾਰ ਗੱਡੀ ਸੋਹਣੀ ਚਲਾਉਣਾ ਸਾਡੇ ਨਾਲ ਚੱਲ ਅਸੀਂ ਕੰਮ ਜਾਣਾ ਉੱਥੇ ਆ ਕੇ ਕਹਿੰਦੇ ਵੀ ਆਹ ਗੱਲ ਯਾਰ ਆਪਾਂ ਇੱਕ ਬੰਦਾ ਛਡਾਉਣਾ ਹੈ ਹਾਂਜੀ ਤੇ ਸਾਡੇ ਨਾਲ ਦੇ ਜਿਹੜੇ ਆਏ ਨਹੀਂ ਗੇ ਡਰ ਗਏ ਨੇ ਹਾਂਜੀ ਇਹ ਉਹਨਾਂ ਦਾ ਸਾਂਮਨਦ ਸੀਗਾ ਇਹਨੇ ਜਾ ਕੇ ਜਿਹੋਨਾਂ ਦੋ ਦੋ ਹੌਲਦਾਰ ਸੀ ਉਹਨਾਂ ਦੋਵਾਂ ਦੇ ਸਿਰ 'ਚ ਇੱਕ ਇੱਕ ਮੁੱਕੀ ਮਾਰੀ ਦਿਓ ਉਹਦੇ ਛਡਾ ਕੇ ਲਿਆਇਆ ਜੀ ਠੀਕ ਹੈ ਜੀ ਬਸੇ ਉੱਥੋਂ ਇਹਦਾ ਕੰਮ ਚੱਲ ਗਿਆ ਜੀ ਇਹਦੀਆਂ ਭੈਣਾਂ ਆਦੀਆਂ ਵੀ ਰਖੜੀ ਅਸੀਂ ਵੀਰ ਨੂੰ ਬੰਨਣੀ ਹੈ ਉਹਦੇ ਜਿਗਾ ਸੀ ਵੜੈਲ ਜੇਲ੍ਹ ਸੀਗਾ ਅੱਛਾ ਜੀ ਉੱਥੇ ਮੈਂ ਗਿਆ ਸਾਰਾ ਪਰਿਵਾਰ ਅਸੀਂ ਗਏ ਤੇ ਇਹਨੇ ਸਿਰਫ ਉਦੋਂ ਮੈਨੂੰ ਕਿਹਾ ਵੀ ਡੈਡੀ ਮੈਨੂੰ ਇਸ ਦਲਦਲ ਚੋਂ ਕੱਢ ਲਾ ਠੀਕ ਹੈ ਜੀ ਭਾਵੇਂ ਪਹਿਲੀ ਵੇਚਦੇ ਜੋ ਖਰਚਾ ਆਉਂਦਾ ਕਰਦੇ ਤੂੰ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਜੇ ਕੋਈ ਗੱਲ ਨਹੀਂ ਚਲੋ ਜੀ ਮੇਰੀ ਜ਼ਮੀਨ ਵੀ ਵੇਗ ਗਈ 7-8 ਕਿਲੋ ਜ਼ਮੀਨ ਵੇਗ ਗਈ ਮੈਂ ਖਰਚਾ ਪਰਚਾ ਕਰਕੇ ਆਵਦਾ ਜੀ ਅੱਛਾ ਜੀ ਸਿਰਫ ਇੱਕ ਕੇਸ ਰਹਿ ਗਿਆ ਸੀ ਉਹ ਜਿਹੜਾ ਉਪਰ ਨਾਲੇ ਵਾਲਾ ਠੀਕ ਹੈ ਜਿਹੜਾ ਪੁਲਿਸ ਵਾਲਾਂ ਦੇ ਪੁਲਿਸ ਵਾਲਾ ਸੀ ਮਤਲਬ ਮੈਂ ਤਾਂ ਕਿਹੜਾ ਗਿਣੀ ਹੈ ਜੀ ਪਰ ਪਿੰਡ ਦੇ ਲੋਕੀ ਦੱਸਦੇ ਸੀ ਵੀ 600 ਦੇ ਕਰੀਬ ਗੱਡੀ ਆਈ ਸੀ ਜਦੋਂ ਇਹਨੂੰ ਛੱਡਣ ਆਏ ਨੇ ਘਰੇ ਅੱਛਾ ਜੀ ਤਾਂ ਮੁੰਡਿਆਂ ਕੋਲੇ ਅਸਲੇ ਸ਼ਰੀਆਮ ਚੱਕੀ ਫਿਰਦੇ ਸੀਗੇ ਠੀਕ ਹੈ ਜੀ ਤੇ ਮਤਲਬ ਸੀਐਮਵੀਐਸਲ ਕੇ ਚ ਫਿਰਦਾ ਸੀ ਤੇ ਇੱਥੋਂ ਤੱਕ ਵੀ ਜਿਹੜਾ ਸਾਡਾ ਤਹਿਸੀਲਦਾਰ ਹਾਂਜੀ ਤੇ ਐਸਡੀਐਮ ਸਾਹਿਬ ਉਹ ਭਲੇਖੇ ਚ ਵੀ ਸ਼ਾਇਦ सीएम ਦਾ ਕੰਮ ਸਾਹਿਬ ਇੱਧਰ ਆਏ ਨੇ ਅੱਛਾ ਜੀ ਉਹ ਮੇਰੇ ਘਰੇ ਆ ਗਏ ਤਰੀਕ ਤੇ ਜਾਣਾ ਆਉਣਾ ਆ ਉਹਦਾ ਨਾਰਮਲ ਜ਼ਿੰਦਗੀ ਚੱਲਦੀ ਸੀਗੀ ਹਾਂਜੀ ਉਸ ਤੋਂ ਬਾਅਦ 12 ਵਾਲਾ ਜਿਹੜਾ ਇਲੈਕਸ਼ਨ ਆਇਆ ਹੈ ਹਾਂਜੀ ਵਿਧਾਨ ਸਭਾ ਦਾ ਹਾਂਜੀ ਉਹਦੇ ਚ ਫਿਰ ਇੱਕ ਪੋਲੀਟੀਸ਼ੀਅਨ ਦੇ ਨਾਲ ਇਹ ਰਲ ਗਿਆ ਠੀਕ ਹੈ ਜੀ ਫਿਰ ਉੱਥੇ ਇਹਦੇ ਤੋਂ ਕਤਲ ਹੋ ਗਿਆ ਜੀ ਧੋਖੇ ਮੈਨੂੰ ਜਦ ਮੈਨੂੰ ਆਪਦੇ ਮੁੰਡੇ ਦਾ ਦੁੱਖ ਹੈ ਤੇ ਜਿਹੜੇ ਇਹਨੇ ਮਾਰੇ ਨੇ ਮੈਨੂੰ ਉਹਨਾਂ ਦਾ ਵੀ ਦੁੱਖ ਹੈ ਜੀ ਮੈਂ ਜਿਹੜਾ ਨੇ 12 ਦੇ ਵਿੱਚ ਜਿਹੜਾ ਇਲੈਕਸ਼ਨ ਦੇ ਵਿੱਚ ਕਤਲ ਕੀਤਾ ਸੀ ਮੁੰਡਾ ਪਿਆਰੇਆਣੇ ਦਾ ਜੀ ਮੈਂ ਆਪ ਉਹਨਾਂ ਦੇ ਘਰੇ ਬਹਿ ਕੇ ਆਇਆ ਸੀ ਅੱਛਾ ਜੀ ਹਾਂ ਉਹਨਾਂ ਤੋਂ ਮੈਂ ਮਾਫੀਆਂ ਹੀ ਮੰਗਦਾ ਰਿਹਾ ਤੇ ਪਰ ਉਹ ਵੀ ਬੜੇ ਵੱਡੇ ਜਿਗਰੇ ਵਾਲਾ ਬੰਦਾ ਸੀ ਮੈਨੂੰ ਆਦਸਰਾ ਜੀ ਤੇਰਾ ਕੀ ਕਸੂਰ ਹੈ ਨੌ ਕਿਲੇ ਜ਼ਮੀਨ ਤਾਂ ਮੇਰੀ ਵੇਖੀ ਸੀ ਇਹਦੇ ਕੇਸਾਂ 'ਚ ਅੱਛਾ ਜੀ ਫਿਰ 11 ਦੇ ਵਿੱਚ ਜੋ ਜਿਹੜਾ ਫਲੱਡ ਆਇਆ ਸੀ ਉਹ ਸਾਡੇ ਸੇਮ ਆ ਗਈ ਜੀ ਉਦੋਂ ਦਾ ਸੀ ਤਾਂ ਹੁਣ ਰੋਟੀ ਜਿਹੜੀ ਹੈ ਨਾ ਜਸੋ ਆਟਾ ਮੁੱਲ ਦਾ ਲੈ ਕੇ ਖਾਣੇ ਆ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਯੂਥ ਕਾਂਗਰਸ ਵੱਲੋਂ ਬਰਿੰਦਰ ਸਿੰਘ ਢਿੱਲੋਂ ਜੋ ਕਿ ਯੂਥ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਦੇ ਵਿੱਚ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਨਾਲ ਦੋ ਸ਼ਖਸ ਹਾਜ਼ਰ ਸਨ ਜੋ ਕਿ ਜਿਨ੍ਹਾਂ ਵਿੱਚੋਂ ਇੱਕ ਸ਼ੀਰਾ ਖੁੱਬਨ ਦੇ ਪਿਤਾ ਜੀ ਅਤੇ ਉਹਨਾਂ ਦੇ ਨਾਲ ਹੀ ਵਿੱਕੀ ਗੌਂਦਰ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਨਾਲ ਮੌਜੂਦ ਸੀ ਪ੍ਰੈਸ ਕਾਨਫਰੰਸ 'ਚ ਜਦੋਂ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਸੀ ਅਵੇਅਰ ਵੀ ਕੀਤਾ ਸੀ ਕਿ ਜਿਹੜਾ ਗੈਂਗਸਟਰ ਹੈ ਜਾਂ ਇਹ ਜਿਹੜਾ ਰਸਤਾ ਇਹ ਤੋਂ ਦੂਰ ਰਹਿਣ ਅੱਜ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਖੁੱਬਨ ਵਿਖੇ ਸ਼ੀਰਾ ਖੁੱਬਨ ਦੇ ਪਿਤਾ ਜੀ ਨਾਲ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਸਮਾਜ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਗੈਂਗਸਟਰ ਬਣ ਗਿਆ ਜੀ ਗਲਤ ਰਸਤੇ ਚੱਲ ਪਿਆ ਪਰ ਕਿਤੇ ਨਾ ਕਿਤੇ ਸਾਡਾ ਪ੍ਰਬੰਧ ਸਾਡਾ ਸਿਸਟਮ ਸਾਡੀ ਸਰਕਾਰ ਇਹਦੇ ਲਈ ਜ਼ਿੰਮੇਵਾਰ ਹੁੰਦੀ ਹੈ ਨੌਜਵਾਨਾਂ ਦੇ ਗਲਤ ਰਸਤੇ ਤੁਰਨ ਦੀ ਨੌਜਵਾਨਾਂ ਦੇ ਗਲਤ ਹੱਥਾਂ ਵਿੱਚ ਜਾਣ ਦਾ ਜ਼ਿੰਮੇਵਾਰ ਵੀ ਕਿਤੇ ਨਾ ਕਿਤੇ ਸਾਡਾ ਪ੍ਰਬੰਧ ਹੈ ਸਾਡਾ ਸਿਸਟਮ ਹੈ ਅੱਜ ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਕਿ ਕਿਵੇਂ ਸ਼ੇਰਾ ਖੁੱਭਣ ਇਸ ਪਾਸੇ ਗਿਆ ਕਿਹੜੇ ਕਾਰਨ ਬਣੇ ਕਿਵੇਂ ਇੱਕ ਖਿਡਾਰੀ ਤੋਂ ਇੱਕ ਖਿਡਾਰੀ ਤੋਂ ਬਹੁਤ ਵਧੀਆ ਖਿਡਾਰੀ ਸੀ ਹੈਮਰ ਸੜਦਾ ਸੀ ਤਾਂ ਉਹਦੇ ਤੋਂ ਕਿਵੇਂ ਇਹ ਰਸਤਾ ਅਪਣਾਇਆ ਕਿਵੇਂ ਉਹਦੀ ਲਾਈਨ ਇਹ ਬਦਲੀ ਇਹ ਸਾਰੀ ਗੱਲਬਾਤ ਕਰਾਂਗੇ ਸਸਰੀਕਾਲ ਅੰਕਲ ਜੀ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਅੰਕਲ ਜੀ ਪਹਿਲਾ ਸਵਾਲ ਅਸੀਂ ਤੁਹਾਡੇ ਤੋਂ ਇਹੀ ਕਰਾਂਗੇ ਕਿਵੇਂ ਦਾ ਸੀ ਜਿਹੜਾ ਸ਼ੇਰਾ ਅਸੀਂ ਤਾਂ ਸ਼ੇਰੇ ਦੇ ਨਾਮ ਵਾਲੀ ਜਾਣਦੇ ਹੁ ਉਸੀ ਉਹਦਾ ਪੂਰਾ ਨਾਂ ਕੀ ਸੀ ਕਿਵੇਂ ਦਾ ਉਹਦਾ ਬਚਪਨ ਸੀ ਕਿਵੇਂ ਉਹ ਇਸ ਪਾਸੇ ਤੁਰਿਆ ਕਿਹੋ ਜਿਹਾ ਖਿਡਾਰੀ ਸੀ ਇਹ ਸਾਰੀ ਜਾਣਕਾਰੀ ਤੁਸੀਂ ਇਹ ਨਾ ਬੇਟਾ ਇਹਦਾ ਨਾਂ ਗੁਰਸ਼ਹੀਦ ਸਿੰਘ ਹੈ। ਇਹਦਾ ਨਾਂ ਦਾ ਵੀ ਇੱਕ ਕਾਰਨ ਬਣਿਆ ਸੀ। ਜਦੋਂ ਮੈਂ ਕਾਲਜ ਚ ਪੜਦਾ ਸੀ ਤਾਂ ਮੈਂ ਨਾਨਕਸਰ ਪੁੰਨਿਆ ਤੇ ਗਏ ਤਾਂ ਉੱਥੇ ਇੱਕ ਨਾ ਥੱਲੇ ਇੱਕ ਨਿਹੰਗ ਸਿੰਘ ਸੀ। ਨਿਹੰਗ ਵਾਲਾ ਬਾਣਾ ਸੀ ਉਹਦਾ ਤੇ ਉਹ ਬੱਚਿਆਂ ਦੇ ਖਡਾਉਣੇ ਵੇਚ ਰਿਹਾ ਸੀ। ਠੀਕ ਹੈ ਜੀ। ਤੇ ਮੈਨੂੰ ਉਹ ਕਹਿੰਦਾ ਬੇਟਾ ਖਡਾਉਣ ਬੰਸਰੀ ਲੈ ਲਓ। ਹਾਂ ਜੀ। ਮੈਂ ਕਿਹਾ ਮੈਂ ਆਸਪਿਆ ਮੈਂ ਬਾਪੂ ਜੀ ਹੁਣ ਸਾਡੀ ਬੰਸਰੀ ਵਾਲੀ ਉਮਰ ਹੈ ਆ ਤਾਂ ਨਹੀਂ ਤੁਹਾਡੇ ਆਸਤੇ ਨਹੀਂ ਤੁਹਾਡੇ ਘਰੇ ਕਸ਼ੀਰ ਸਿੰਘ ਜੰਮੇਗਾ ਅੱਛਾ ਜੀ ਉਹਦੇ ਆਸਤੇ ਠੀਕ ਹੈ ਜੀ ਮੈਂ ਨਾ ਫਿਰ ਉਹਨੂੰ ਉਹਦੇ ਪੈਸੇ ਵੀ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਆ ਤਾਂ ਨਹੀਂ ਪੁੱਤ ਪੈਸੇ ਨਹੀਂ ਲੈਣੇਗੇ ਠੀਕ ਹੈ ਜੀ ਤੇ ਮੈਂ ਉਹ ਲਿਆ ਕੇ ਮੈਂ ਕਰਿਆ ਉਹਦੀ ਮਾਤਾ ਨੂੰ ਦੱਸੀ ਸਾਰੀ ਗੱਲ ਮੈਂ ਕਿਹਾ ਵੀ ਇਹਨੂੰ ਸੰਭ ਕੇ ਰੱਖ ਦੇ ਜੇ ਪ੍ਰਮਾਤਮਾ ਨੇ ਆਪਣਾ ਦਾਤ ਬਖਸ਼ੀ ਤੇ ਆਪਾਂ ਇਹ ਉਹ ਖੇਡੇਗਾ ਉਹ ਖੇਡੇਗਾ ਹਾਂ ਫਿਰ ਇਹਦਾ ਨਾਮ ਗੁਰਸ਼ੀਤ ਸਿੰਘ ਸੀ ਗੁਰਸ਼ੀਤ ਸਿੰਘ ਗੁਰਸ਼ੀਤ ਸਿੰਘ ਠੀਕ ਹੈ ਜੀ ਤਾਂ ਘਰੇ ਅਸੀਂ ਇਹਨੂੰ ਲਾਡ ਨਾਲ ਹੈਪੀ ਹੈਪੀ ਕਹਿੰਦੇ ਸੀ ਕਿਉਂਕਿ ਬੜਾ ਹਸਮੁਖ ਕਿਸਮ ਦਾ ਬੇਟਾ ਬੱਚਾ ਸੀ ਇਹਨੇ ਕਦੀ ਜ਼ਿੰਦਗੀ ਦੇ ਵਿੱਚ ਰੋਣਾ ਤੇ ਲੜਨਾ ਜਿੰਨਾ ਜੇ ਸਾਡੇ ਕੋਲ ਰਾਇ ਨੇ ਦੋ ਚੀਜ਼ਾਂ ਦੇ ਹੈ ਨਹੀਂ ਸਿਖਾਤੀ ਚ ਇਹ ਦੇਖੋਤੀ ਹਾਂ ਨਾ ਕਦੀ ਰੋਇਆ ਸੀ ਨਾ ਕਦੀ ਕਿਸੇ ਨਾਲ ਲੜਿਆ ਸੀ ਤੇ ਇਹ ਪ੍ਰੇ ਕਿਥੋਂ ਤੱਕ ਪੜ੍ਹਾਈ ਕੀਤੀ ਸੀ ਜਿਹੜੀ ਖੇਡ ਸੀ ਇਹਦੀ ਉਹ ਇਹਦੀ ਕਦੋਂ ਤੋਂ ਸ਼ੁਰੂ ਹੋ ਗਈ ਸੀ ਕਿਹੜੀ ਕਲਾਸ ਸਕੂਲ ਤੋਂ ਸ਼ੁਰੂ ਹੋ ਗਈ ਸੀ ਜਾਂ ਅੱਗੇ ਕਾਲ ਜਾ ਕੇ ਜਾਂ ਇਹਦੀ ਜਿਹੜੀ ਖੇਡ ਦੇ ਨਾਲ ਇਹ ਜੁੜਿਆ ਸੀ ਖਿਡਾਰੀ ਬਹੁਤ ਤਕੜਾ ਕਹਿੰਦੇ ਬਣਿਆ ਗਿਆ ਸੀ ਕਿਵੇਂ ਇਹਦੇ ਬਾਰੇ ਵੀ ਜਰੂਰ ਸਾਨੂੰ ਦੱਸੋ ਖੇਡ ਤਾਂ ਜੀ ਦੇਖੋ ਅਸੀਂ ਇਹ ਪੀੜੀਦਰ ਪੀੜੀ ਅਸੀਂ ਇਹ ਖੇਡ ਨੂੰ ਪਿਆਰ ਕਰਦੇ ਸੀ ਜਿਹੜੇ ਮੇਰੇ ਦਾਦਾ ਜੀ ਉਹ ਵੀ ਕਬੱਡੀ ਬਹੁਤ ਸੋਹਣੀ ਖੇਡਦੇ ਸੀ ਅਸੀਂ ਪਾਕਿਸਤਾਨ ਚੋਂ ਆਏ ਆ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਵੀ ਖੇਡਦੇ ਸੀ ਉਹਨਾਂ ਨੇ ਬਾਅਦ ਵਿੱਚ ਮੇਰੇ 'ਚ ਸੁਪਨਾ ਦੇਖਿਆ ਕਿ ਜਦੋਂ ਪਾਕਿਸਤਾਨ 'ਚ ਆਏ ਅਸੀਂ ਉਦੋਂ ਸਾਡੇ ਹਾਲਾਤ ਮਾੜੇ ਸੀ ਰੋਟੀ ਦਾ ਲਾਲਾ ਸੀਗਾ ਪਰ ਚਲੋ ਜਦੋਂ ਅਸੀਂ ਜਵਾਨ ਹੋਏ ਸਾਡੇ ਬਾਪ ਨੇ ਸਾਡੇ ਤੇ ਆਸਾਂ ਰੱਖੀਆਂ ਪਰ ਕਿਸਮਤ ਮਾੜੀ ਮੇਰਾ ਐਕਸੀਡੈਂਟ ਹੋ ਗਿਆ ਸੀ ਮੇਰਾ ਸਾਰਾ ਸਿਸਟਮ ਟੁੱਟਾ ਆ ਟਰੈਕਟਰ ਥੱਲੇ ਆ ਗਿਆ ਸੀ ਮੈਂ ਠੀਕ ਹੈ ਜੀ ਹਾਂ ਫਿਰ ਉਹੀ ਆਸਾਂ ਅਸੀਂ ਆਪਦੇ ਬੇਟੇ ਦੇ ਵਿੱਚੋਂ ਰੱਖੀਆਂ ਵੇਖੀਆਂ ਵੀ ਅਸੀਂ ਹੁਣ ਸ਼ੇਰੇ ਨੂੰ ਗੁਰਜੀਤ ਗੁਰਜੀਤ ਦੇ ਵਿੱਚੋਂ ਠੀਕ ਹੈ ਜੀ ਇਸ ਵਾਸਤੇ ਅਸੀਂ ਇਹਨੂੰ ਮਤਲਬ ਬਚਪਨ ਤੋਂ ਹੀ ਖਰਾਕ ਇਹਦੀ ਸਿਹਤ ਵਾਲੇ ਪਾਸੇ ਖਿਆਲ ਰੱਖਿਆ ਠੀਕ ਹੈ ਜੀ ਵੀ ਅਸੀਂ ਸਾਡਾ ਟੀਚਾ ਹੀ ਸੀ ਵੀ ਅਸੀਂ ਇਹਨੂੰ ਖਿਡਾਰੀ ਬਣਾਉਣਾ ਹੈ ਖਿਡਾਰੀ ਬਣਾਉਣਾ ਹਾਂਜੀ ਤੇ ਇਹ ਜਿਹੜੀ ਖੇਡ ਸੀ ਇਹਦੀ ਜਿਹੜਾ ਤੁਸੀਂ ਕਹਿੰਦੇ ਆ ਹੈਮਰ ਸੁੱਟਦਾ ਸੀ ਇਹ ਉਹਦਾ ਕਿਵੇਂ ਉਹਦੇ ਵਿੱਚ ਕਿੰਨਾ ਕੁ ਨਿਪੁੰਨ ਸੀ ਕਿੰਨਾ ਕੁ ਵਧੀਆ ਖਿਡਾਰੀ ਸੀ ਉਹਦਾ ਉਹਦੇ ਬਾਰੇ ਵੀ ਦੱਸੋ ਨਿਪੁੰਨਤਾ ਜੀ ਹੁਣ ਸਹੀ ਮੈਨਾਂ ਚ ਇਹਦਾ ਜਿਹੜੇ ਮੈਡਲ ਨੇ ਉਹ ਤੁਹਾਨੂੰ ਦੱਸ ਸਕਦੇ ਆ ਜਾਂ ਜਿਹੜੇ ਸਰਟੀਫਿਕੇਟ ਹੈ ਉਹ ਵਿਖਾ ਸਕਨੇ ਆ ਅਸੀਂ ਠੀਕ ਹੈ ਜੀ ਇਹ ਇਹ ਬਚਪਨ ਤੋਂ ਹੀ ਮਤਲਬ ਕਿ ਇਹ ਸਕੂਲ ਤੋਂ ਹੀ ਹਾਂਜੀ ਹੈਮਰ ਲਾਉਣ ਲੱਗ ਪਿਆ ਸੀ ਹਾਂਜੀ ਤੇ ਜੇ ਇਹਨੇ ਸਕੂਲ ਚ ਲਾਇਆ ਸਕੂਲ ਚ ਟੌਪ ਤੇ ਆਇਆ ਜੇ ਡਿਸਟ੍ਰਿਕਟ ਚ ਲਾਇਆ ਡਿਸਟ੍ਰਿਕਟ ਜੇ ਸਕੂਲ ਗਏ ਪੰਜਾਬ ਦਾ ਲਾਇਆ ਇਸ ਤੋਂ ਉੱਥੇ ਵੀ ਟੌਪ ਤੇ ਆਇਆ ਸੀ ਠੀਕ ਹੈ ਜੀ ਫਿਰ ਇਹਨੂੰ ਜਦੋਂ ਇਹ میٹرਕ ਕੀਤੀ ਇਹਨੇ ਹਾਂਜੀ ਇਹ ਉਸ ਤੋਂ ਬਾਅਦ ਇਹਨੂੰ ਮੈਂ ਨਾ ਲੁਧਿਆਣੇ ਭੇਜਤਾ ਸੀ ਜੀ ਉੱਥੇ ਸਪੀਡ ਫੰਡ ਅਕੈਡਮੀ ਚੱਲਦੀ ਏ ਗੁਰਨਾਣਕ ਸਟੇਡੀਅਮ ਦੇ ਨਾਲ ਠੀਕ ਹੈ ਜੀ ਉਹਨਾਂ ਦਾ ਮੈਨੂੰ ਬਹੁਤ ਵਧੀਆ ਸਿਸਟਮ ਲੱਗਾ ਸੀ ਵਧੀਆ ਡਾਈਟ ਦਿੰਦੇ ਸੀਗੇ ਵਧੀਆ ਕੋਚਿੰਗ ਸੀ ਮੈਂ ਉਹਦੇ ਆਸਤੇ ਵੀ ਇਹਨੂੰ ਟ్రਾਇਲ ਦੋਣਾ ਉਹਦੋਂ ਮੈਨੂੰ 2-3 ਮਹੀਨੇ ਆਪਦੇ ਖਰਚੇ ਤੇ ਲੁਧਿਆਣੇ ਭੇਜਤਾ ਠੀਕ ਹੈ ਜੀ ਉੱਥੇ ਕੋਚ ਤੋਂ ਇਹਨੂੰ ਮੈਂ ਪ੍ਰਾਈਵੇਟ ਕੋਚਿੰਗ ਦਉਂਦਾ ਰਿਹਾ ਹਾਂਜੀ ਜਦੋਂ ਟ్రਾਇਲ ਹੋਏ ਇਹ ਬਿਲਕੁਲ ਮਾਮੂਲੀ ਇਹ ਜ਼ੋਰ ਨਾਲ ਇਹ ਸਿਲੈਕਟ ਹੋ ਗਿਆ ਸੀ ਜੀ ਇਹਦਾ ਕੋਈ ਕੰਪੀਟੀਟਰ ਨਹੀਂ ਸੀਗਾ ਠੀਕ ਹੈ ਜੀ ਪਰ ਉਥੋਂ ਹੀ ਜਿਹੜਾ ਸਾਡਾ ਇਹ ਪੰਜਾਬ ਦਾ ਬੀ ਹਿੰਦੁਸਤਾਨ ਦਾ ਜਿਹੜਾ ਅਸਲ ਬੱਚਾ ਅਚੀਵ ਕਰਦਾ ਹੁੰਦਾ ਹੈ ਉਹਨੂੰ ਉੱਥੇ ਲਜਾਇਣ ਜਾਂਦਾ ਸਪਾਰਸ਼ੀ ਜਿਹੜੇ ਅਫਸਰਾਂ ਦੇ ਬੱਚੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਬਾਹਰ ਦੇ ਟੂਰ ਟਰ ਲਾਉਣੇ ਹੁੰਦੇ ਨੇ ਹਾਂਜੀ ਐਵੇਂ ਮਾੜਾ ਮੋਟਾ ਪਾਰਟਿਸਪੇਟ ਦਾ ਸਰਟੀਫਿਕੇਟ ਚਾਹੀਦਾ ਹੁੰਦਾ ਉਹਨਾਂ ਨੂੰ ਸਰਵਿਸ ਮਿਲ ਜਾਂਦੀ ਹੈ ਹਾਂਜੀ ਇਸ ਵਾਸਤੇ ਇਹਨੂੰ ਪਛਾਣ ਕਰ ਦਿੱਤਾ ਇਹਦੀ ਥਾਂ ਤੇ ਕੋਈ ਕਾਹ ਅਫਸਰਾਂ ਨੇ ਜਿਹੜਾ ਉਸ ਮੌਕੇ ਦੇ ਸੀ ਅਫਸਰ ਉਹਨਾਂ ਦਾ ਉਹਨਾਂ ਨੇ ਉਹਨਾਂ ਦਾ ਸੀ ਜਿਹੜਾ ਇਹ ਰੋਲ ਵੀ ਇਹਨੂੰ ਉਹਨਾਂ ਨੇ ਪਿੱਛੇ ਕਰ ਦਿੱਤਾ ਫਿਰ ਜਿਹੜੇ ਬੱਚਿਆਂ ਨੂੰ ਉਹਨੇ ਸਿਲੈਕਟ ਕਰਨਾ ਸੀਗਾ ਹਾਂਜੀ ਉਹ ਇਹਦੇ ਨਾਲ ਲੁਧਿਆਣੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਇਹਦੀ ਲੜਾਈ ਹੋ ਗਈ ਉਹਨਾਂ ਨੇ ਦਾ ਸਿਰਸੁਰ ਪਾੜਤਾ ਠੀਕ ਹੈ ਜੀ ਤਾਂ ਇਹਦੀ ਸਪੋਰਟਸ ਵਿਭਾਗ ਚ ਇਹਦੇ ਸਪੋਰਟਸ ਦੇ ਸਾਥੀ ਸੀਗੇ ਮੁੰਡੇ ਚੰਡੀਗੜ੍ਹ ਦੇ ਅੱਛਾ ਜੀ ਉਹ ਐਕਚੁਅਲੀ ਮੁੰਡੇ ਗਲਤ ਸੀਗੇ ਅੱਛਾ ਜੀ ਪਰ ਉਹ ਇਹਦੇ ਗਰਾਊਂਡ ਦੇ ਦੋਸਤ ਬਣ ਗਏ ਤੇ ਇਹਨੇ ਉਹਨਾਂ ਨੂੰ ਫੋਨ ਕਰ ਦਿੱਤਾ ਹਾਂਜੀ ਵੀ ਮੈਨੂੰ ਇਸ ਤਰ੍ਹਾਂ ਸੱਟਾਂ ਮਾਰ ਗਏ ਨੇ ਤੇ ਸਿਰ ਦੇ ਵਿੱਚ 32 ਟਾਂਕੇ ਲੱਗੇ ਸੀ ਠੀਕ ਹੈ ਜੀ ਉਹ ਇਹਦੇ ਗੋਡਿਆਂ ਤੇ بیسਬਾਲ ਮਾਰਦੇ ਰਹੇ ਪਰ ਇਹਦੇ ਚਰਬੀ ਇੰਨੀ ਸੀ ਅੱਛਾ ਜੀ ਵੀ ਨਾਇ ਦੇ ਕੋਈ ਮਰ ਗੋਡਾ ਟੁੱਟਿਆ ਉਹ ਤੋੜਨਾ ਚਾਹੁੰਦੇ ਸੀ ਹੱਡ ਤੋੜਨਾ ਚਾਹੁੰਦੇ ਸੀ ਠੀਕ ਹੈ ਜੀ ਪਰ ਸਿਰ ਦੇ ਵਿੱਚ ਹੀ ਉਹਨਾਂ ਨੇ بیسਬਾਲ ਮਾਰੇ ਸਿਰ ਤਾਂ ਪਾੜ ਗਿਆ ਸੀ ਇਹਦੇ ਜੋ ਟੋਟਲ 32 ਟਾਂਕੇ ਲੱਗੇ ਸੀ ਠੀਕ ਹੈ ਜੀ ਉਹ ਫਿਰ ਜਦੋਂ ਇੰਨੇ ਆਪਦੇ ਚੰਡੀਗੜ੍ਹ ਵਾਲੇ ਦੋਸਤਾਂ ਨੂੰ ਫੋਨ ਕਰ ਦਿੱਤਾ ਹਾਂਜੀ ਉਹ ਆਂਦੇ ਵੀ ਤੂੰ ਚਿੰਤਾ ਨਾ ਕਰ ਅਸੀਂ ਆ ਗਏ ਤੇਰੇ ਕੋਲੇ 2 ਘੰਟੇ ਜਿਹਾ ਅਸੀਂ ਬਰਾਬਰ ਹੁਣ ਪਾ ਦੇਾਂਗੇ ਹਾਂਜੀ ਪਰ ਉਹ ਮੁੰਡੇ ਨੂੰ ਸੱਟਾਂ ਦਾ ਮਾਰ ਗਏ ਪਰ ਫਿਰ ਬਾਅਦ ਵਿੱਚ ਉਹ ਡਰਦੇ ਉਹੀ ਇਹਨੂੰ ਹਸਪਤਾਲ ਚ ਲਗਾਏ ਚੱਕੇ ਠੀਕ ਹੈ ਜੀ ਉਹਨਾਂ ਨੇ ਇਹਨਾਂ ਦਾ ਇਹਦਾ ਇਲਾਜ ਕਰਾਇਆ ਉਹ ਅਜੇ ਹਸਪਤਾਲ ਦੇ ਵਿੱਚ ਸੀ ਉਧਰੋਂ ਚੰਡੀਗੜ੍ਹ ਵਾਲੇ ਮੁੰਡੇ ਆ ਗਏ ਉਹਨਾਂ ਨੇ ਬਰਾਬਰ ਹੀ ਫਿਰ 6-7 ਜਣੇ ਉਹਨਾਂ ਨੇ ਵੱਢ ਕੋ ਟੋਕ ਦਿੱਤੇ ਬਰਾਬਰ ਪਾ ਦਿੱਤੇ ਠੀਕ ਹੈ ਜੀ ਇਹ ਉਹਨਾਂ ਦਾ ਸਾਂਮਨਦ ਹੋ ਗਿਆ ਜੀ ਅੱਛਾ ਜੀ ਉਹਨਾਂ ਨੇ ਫਿਰ ਸਭ ਤੋਂ ਪਹਿਲਾਂ ਇਹਦੇ ਤੋਂ ਮਾੜਾ ਕੰਮ ਕਰਾਇਆ ਸੀ ਇੱਕ ਰਜੀਵ ਰਾਜਾ ਨਾਂ ਦਾ ਇਹ ਕਹੇ ਮੁੰਡਾ ਉਹਨੇ ਨਾ ਹੁਸ਼ਿਆਰਪੁਰ ਤੋਂ ਅਸਲੀ ਦੁਕਾਨ ਲੁੱਟੀ ਸੀ ਠੀਕ ਹੈ ਜੀ ਤੇ ਉਹਦੇ ਤੇ ਕੋਈ 302 ਦੇ ਵੀ ਸੀ ਉਹ ਬਠਿੰਡੇ ਜੇਲ੍ਹ 'ਚ ਸੀਗਾ ਤੇ ਉਹਨੂੰ ਬਠਿੰਡੇ ਤੋਂ ਉਹਨੇ ਪੇਸ਼ੀ ਤੇ ਲੁਧਿਆਣੇ ਜਾਣਾ ਸੀ ਠੀਕ ਹੈ ਜੀ ਤੇ ਰਸਤੇ 'ਚ ਬਰਨਾਲੇ ਬੱਸ ਸਟੈਂਡ ਤੇ ਉਹਨਾਂ ਦੀ ਆਪਸ ਵਿੱਚ ਗੱਲਬਾਤ ਸੀ ਉਹ ਚੰਡੀਗੜ੍ਹ ਵਾਲੇ ਮੁੰਡੇ ਨੂੰ ਨਾਲ ਲਿਆ ਹੈ ਹਾਂ ਜੀ ਬੀਤੂ ਯਾਰ ਗੱਡੀ ਸੋਹਣੀ ਚਲਾਉਣਾ ਸਾਡੇ ਨਾਲ ਚੱਲ ਅਸੀਂ ਕੰਮ ਜਾਣਾ ਹੈ ਉੱਥੇ ਆ ਕੇ ਕਹਿੰਦੇ ਵੀ ਆਹ ਗੱਲ ਯਾਰ ਆਪਾਂ ਇੱਕ ਬੰਦਾ ਛਡਾਉਣਾ ਹੈ ਹਾਂਜੀ ਤੇ ਸਾਡੇ ਨਾਲ ਦੇ ਜਿਹੜੇ ਆਏ ਨਹੀਂ ਗੇ ਡਰ ਗਏ ਨੇ ਹਾਂਜੀ ਇਹ ਉਹਨਾਂ ਦਾ ਸਾਂਮਨਦ ਸੀਗਾ ਇਹਨੇ ਜਾ ਕੇ ਜਿ ਉਹਨਾਂ ਦੋ ਦੋ ਹੌਲਦਾਰ ਸੀ ਉਹਨਾਂ ਦੋਵਾਂ ਦੇ ਸਿਰ 'ਚ ਇੱਕ ਇੱਕ ਮੁੱਕੀ ਮਾਰੀ ਦਿਓ ਉਹਦੇ ਛਡਾ ਕੇ ਲਿਆ ਆਏ ਠੀਕ ਹੈ ਜੀ ਬਸ ਇੱਥੋਂ ਇਹਦਾ ਕੰਮ ਚੱਲ ਗਿਆ ਜੀ ਇਧਰਲੇ ਪਾਸੇ ਹੋ ਗਿਆ ਗੌਰ ਸ਼ਹੀਦ ਤੁਹਾਡਾ ਪਰਿਵਾਰ ਦਾ ਹੈਪੀ ਤੇ ਸ਼ੇਰਾ ਖੁੱਪਣ ਕਿਵੇਂ ਬਣਿਆ ਸ਼ੇਰਾ ਜੀ ਇਹ ਨਾ ਜਦੋਂ ਕੋਈ ਵੀ ਥਰੋ ਹੋ ਰੇਣਾ ਜੀ ਅੱਜ ਵੀ ਤੁਸੀਂ ਕਿਸੇ ਥਰੋਰ ਨੂੰ ਦੇਖ ਲਓ ਜਦੋਂ ਥਰੋ ਲਾਏਗਾ ਨਾ ਉਹਦੇ ਮੂੰਹ ਦੇ ਵਿੱਚ ਇੱਕ ਆਵਾਜ਼ ਆਏਗੀ ਬੜਕ ਵੱਜੇਗੀ ਹਾਂਜੀ ਤਾਂ ਜਿਹੜਾ ਇਹਦਾ ਕੋਚ ਸੀ ਨਾ ਸਰਦਾਰ ਨਿਰਮਲ ਸਿੰਘ ਹਾਂਜੀ ਲੁਧਿਆਣੇ ਉਹ ਕਹਿੰਦੇ ਯਾਰ ਇਹ ਹੈਪੀ ਹੂਪੀ ਦਾ ਕਿਹੜੇ ਆਵੇ ਜਾਨਵਰਾਂ ਵਾਲੇ ਬੱਚਿਆਂ ਦੇ ਨਾਂ ਨੇ ਤੂੰ ਤਾਂ ਸ਼ੇਰ ਹੈ ਯਾਰ ਤੇਰੀ ਸ਼ੇਰ ਹੈਗੀ ਸ਼ੇਰ ਹੈਗੀ ਬੜ ਕੇ ਅੱਛਾ ਜੀ ਉਹਨੇ ਦਾ ਨਾਂ ਸ਼ੇਰਾ ਰੱਖਿਆ ਜੀ ਅਸੀਂ ਨਹੀਂ ਰੱਖਿਆ ਸੀ ਇਹਦਾ ਨਾਂ ਅਸੀਂ ਤੈਨੂੰ ਪਿਆਰ ਨਾਲ ਹੈਪੀ ਆਦੇ ਸੀ ਯਾਨੀ ਕਿ ਇਹਦੇ ਗਰਾਊਂਡ 'ਚੋਂ ਨਾ ਆਇਆ ਨੂੰ ਇਹਦੇ ਕੋਚ ਤੋਂ ਨਾ ਮਿਲਿਆ ਕੋਚ ਨੇ ਦਿੱਤਾ ਹਾਂਜੀ ਕੋਚ ਨੇ ਦਿੱਤਾ ਨਾ ਸ਼ੇਰਾ ਸ਼ੇਰਾ ਜਿਹੜਾ ਇੱਕ ਤੁਹਾਡਾ ਉਹਨਾਂ ਦਾ ਕੋਚ ਦਾ ਯਾਨੀ ਕਿ ਸ਼ਾਗਿਰਦ ਤੇ ਸ਼ੇਰਾ ਖੁੱਬਣਾ ਇਸ ਪਾਸੇ ਜਿਹੜਾ ਇਹ ਜਿਹੜੀ ਲਾਈਨ ਹੈ ਇਹਦੇ ਵਿੱਚ ਤੁਸੀਂ ਦੱਸਿਆ ਕਿ ਉਸ ਤੋਂ ਬਾਅਦਗਾ ਉਸ ਤੋਂ ਬਾਅਦ-ਬਾਅਦ ਫਿਰ ਕਿਵੇਂ ਕੋਈ ਵਾਪਸੀ ਤੁਹਾਡੇ ਨਾਲ ਗੱਲਬਾਤ ਕਿਤੇ ਉਹ ਘਟਨਾ ਤੋਂ ਬਾਅਦ ਤੁਹਾਡੇ ਕੋਲ ਆਇਆ ਹੋਵੇ ਜਾਂ ਮਿਲਿਆ ਹੋਵੇ ਕੀ ਕੀ ਹੋਇਆ ਨਹੀਂ ਸਾਡੇ ਕੋਲੇ ਨਹੀਂ ਜੀ ਆਮ ਨੋਰਮਲ ਆਉਂਦਾ ਸੀਗਾ ਸਾਨੂੰ ਤਾਂ ਪਤਾ ਹੀ ਨਹੀਂ ਘਟਨਾ ਦੇ ਤਾਂ ਜਦੋਂ ਫੜੀਚਾ ਹੈ ਉਦੋਂ ਹੀ ਪਤਾ ਲੱਗਾ ਅੱਛਾ ਜੀ ਅਸੀਂ ਤਾਂ ਆਪਦਾ ਮੇਰੇ ਤੋਂ ਇਹ ਨਾ ਜੀ 20000 ਰੁਪਇਆ ਮਹੀਨੇ ਦਾ ਮੈਂ ਇਹਨੂੰ ਦਿੰਦਾ ਸੀ ਖਰਚਾ ਜੀ ਠੀਕ ਹੈ ਜੀ ਜਿਹੜੇ ਕੱਪੜੇ-ਕੁਪੜਿਆਂ ਦੇ ਆ ਉਹ ਮੇਰੇ ਤੋਂ ਐਕਸਟਰਾ ਲੈਂਦਾ ਸੀ ਠੀਕ ਹੈ ਜੀ 20000 ਰੁਪਇਆ ਤਾਂ ਮਹੀਨੇ ਦਾ ਮੈਂ ਇਹਨੂੰ ਦੇਣਾ ਹੀ ਦੇਣਾ ਹੁੰਦਾ ਸੀ ਖਾਣਾ ਖਾ ਜੀ ਠੀਕ ਹੈ ਜੀ ਉਹ ਮੈਂ ਇਹਨੂੰ ਦਿੱਤੀ ਗਿਆ ਪਰ ਇਹ ਮੇਰੇ ਤੋਂ ਟਾਈਮ ਟੂ ਟਾਈਮ ਮੰਗਦਾ ਰਹਿੰਦਾ ਸੀ ਮੈਂ 20000 ਕਦੀ ਇਕੱਠਾ ਨਹੀਂ ਸੀ ਦਿੱਤਾਗਾ 5-5 4-4000 ਕਰਕੇ ਸਾਡੇ ਇੱਥੇ ਅਬੋਰ ਤੋਂ ਬੱਸਾਂ ਜਾਂਦੀਆਂ ਸੀ ਲੁਧਿਆਣੇ ਹਾਂਜੀ ਤੇ ਮੈਂ ਡਰਾਈਵਰ ਸਹਚਾਰ ਵਾਲਾ ਸੀ ਮੈਂ ਡਰਾਈਵਰਾਂ ਨੂੰ ਫੜਾ ਦਿੰਦਾ ਸੀ ਡਰਾਈਵਰਾਂ ਤੋਂ ਹੀ ਲੈ ਲੈਂਦਾ ਸੀਗਾ ਠੀਕ ਹੈ ਜੀ ਬਸ ਇਹ ਮੇਰੇ ਤੋਂ ਪੈਸੇ ਮੰਗੀ ਜਾਂਦਾ ਸੀਗਾ ਇਹਨੂੰ ਇਹ ਸੀਗਾ ਵੀ ਜੇ ਮੈਂ ਪੈਸੇ ਨਾ ਮੰਗੇ ਤੇ ਡੈਡੀ ਨੇ ਸੋਚਣਾ ਵੀ ਇਹ ਕਿੱਥੋਂ ਖਾਂਦਾ ਹਣਾ ਕਿੱਥੋਂ ਖਾਂਦਾ ਵੀ ਮੇਰੀ ਪੜਤਾਲ ਕਰਨਗੇ ਪੜਤਾਲ ਕਰਨਗੇ ਇਸ ਵਾਸਤੇ ਛਾਤਰ ਦਿਮਾਗ ਜਿਵੇਂ ਸਮਝ ਲੋ ਕੁਝ ਵੀ ਇਹਨੇ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਜੀ ਮੈਨੂੰ ਤਾਂ ਪਤਾ ਉਦਾਂ ਨਹੀਂ ਲੱਗਾ ਜਦੋਂ ਇਹ ਚੰਡੀਗੜ੍ਹ ਪੁਲਿਸ ਨੇ ਫੜਿਆ ਤੇ ਟੀਵੀ ਤੇ ਆਇਆ ਠੀਕ ਹੈ ਜੀ ਉਹ ਵੀ ਮੇਰਾ ਇੱਕ ਰਿਸ਼ਤੇਦਾਰ ਏਗਾ ਸੀ ਇਨਸਪੈਕਟਰ ਪੰਜਾਬ ਪੁਲਿਸ ਤੇ ਉਹਨੇ ਮੈਨੂੰ ਕਿਹਾ ਵੀ ਆਪਣੇ ਹੈਪੀ ਦਾ ਨਾਮ ਕੀ ਹੈ ਮੈਂ ਕਹੇ ਗੁਰਜੀਤ ਸਿੰਘ ਹਾਂਜੀ ਆਂਦਾ ਹੋਰ ਉਹਨੂੰ ਕੀ ਸਾਤੇ ਮੈਂ ਆਖਿਆ ਉਹਨੂੰ ਉੱਥੇ ਗਰਾਊਂਡ 'ਚ ਛੇਰਾ ਆਦੇ ਆ ਹਾਂ ਆਂਦਾ ਫਿਰ ਉਹਨੇ ਤਾਂ ਕਰਤੂਤ ਕਰਤੀ ਜੀ ਠੀਕ ਹੈ ਜੀ ਬਾ ਫਿਰ ਗਏ ਆ ਜੀ ਇਹਦੇ ਕੇਸਾਂ ਦੀ ਪੈਰਵਾਈ ਕਰਦਾ ਰਿਆ ਤੇ ਕੁਝ ਕੇਸ ਇਹਦੇ ਤੇ ਸੱਚੇ ਸੀ ਕੁਝ ਪੁਲਿਸ ਨੇ ਝੂਠੇ ਵੀ ਪਾ ਦਿੱਤੇ ਠੀਕ ਹੈ ਜੀ ਤੇ ਕੇਸ ਤਾਂ ਇਹਦੇ ਜੀ ਸਾਰੇ ਹੀ ਬਰੀ ਹੋ ਗਏ ਸੀਗੇ ਅੱਛਾ ਜੀ ਇਨੇ ਤੋਬਾ ਉਦੋਂ ਇੱਕ ਵਾਰੀ ਮੈਂ ਇਹਦੀਆਂ ਭੈਣਾਂ ਆਦੀਆਂ ਵੀ ਰਖੜੀ ਅਸੀਂ ਵੀਰ ਨੂੰ ਬੰਨਣੀ ਹੈ ਉਹਦਾ ਜਗਾ ਸੀ ਬੜੈਲ ਜੇਲ ਸੀਗਾ ਅੱਛਾ ਜੀ ਉੱਥੇ ਮੈਂ ਗਿਆ ਸਾਰਾ ਪਰਿਵਾਰ ਅਸੀਂ ਗਏ ਤੇ ਇਹਨੇ ਸਿਰਫ ਉਦੋਂ ਮੈਨੂੰ ਕਿਹਾ ਵੀ ਡੈਡੀ ਮੈਨੂੰ ਇਸ ਦਲਦਲ ਚੋਂ ਕੱਢ ਲਾ ਠੀਕ ਹੈ ਜੀ ਭਾਵੇਂ ਪੈਲੀ ਵੇਚ ਦੇ ਜੋ ਖਰਚਾ ਆਉਂਦਾ ਕਰ ਦੇ ਠੀਕ ਹੈ ਜੀ ਮੈਨੂੰ ਕੱਢ ਲਾਇਆ ਕਰ ਇੱਥੋਂ ਮੈਂ ਆਖਿਆ ਕੋਈ ਗੱਲ ਨਹੀਂ ਪੁੱਤ ਤੂੰ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਜੇ ਕੋਈ ਗੱਲ ਨਹੀਂ ਚਲੋ ਜੀ ਮੇਰੀ ਜ਼ਮੀਨ ਵੀ ਵੇਗ ਗਈ 7-8 ਕਿਲੇ ਜ਼ਮੀਨ ਵੇਗ ਗਈ ਮੈਂ ਖਰਚਾ ਪਰਚਾ ਕਰਕੇ ਆਵਦਾ ਜੀ ਅੱਛਾ ਜੀ ਸਿਰਫ ਇੱਕ ਕੇਸ ਰਹਿ ਗਿਆ ਸੀ ਉਹ ਜਿਹੜਾ ਬਰਨਾਲੇ ਵਾਲਾ ਠੀਕ ਹੈ ਜਿਹੜਾ ਪੁਲਿਸ ਵਾਲਾਂ ਦੇ ਪੁਲਿਸ ਵਾਲਾ ਸੀ ਹਾਂ ਜੀ ਬਾਕੀਆਂ ਜੋ ਕੁਝ ਬਰੀ ਹੋ ਗਏ ਕੁਝ ਬੇਲ ਹੋ ਗਈ ਸੀ ਠੀਕ ਹੈ ਜੀ ਤੇ ਵਧੀਆ ਆਪਦੀ ਜ਼ਿੰਦਗੀ ਘਰੇ ਆ ਕੇ ਇਹਨੇ ਮਤੀਦ ਕਰਨੀ ਪਰ ਉਦੋਂ ਜਦੋਂ ਇਹ ਬੇਲ ਤੇ ਆਇਆ ਹੈ ਨਾ ਜੀ ਹਾਂ ਜੀ ਤੇ ਉਦੋਂ 11 ਦੇ ਵਿੱਚ ਸਾਡੇ ਪਿੰਡ ਦੇ ਵਿੱਚ ਫਲੱਡ ਆਇਆ ਸੀ। ਅੱਛਾ ਠੀਕ ਹੈ। ਹੜਾ ਸੀ ਤੇ ਲਈ ਹੜਾ ਆਇਆ ਸੀ। ਠੀਕ ਹੈ ਜੀ। ਤੇ ਉਦੋਂ ਸੀਐਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿੰਘ ਇਹ ਵੀ ਸਾਡੇ ਏਰੀਆ 'ਚ ਫਿਰ ਰਹੇ ਸੀਗੇ। ਠੀਕ ਹੈ ਜੀ। ਤੇ ਮਤਲਬ ਮੈਂ ਤਾਂ ਕਿਹੜਾ ਗਿਣੀ ਹੈ ਜੀ ਪਰ ਪਿੰਡ ਦੇ ਲੋਕੀ ਦੱਸਦੇ ਸੀ ਵੀ 600 ਦੇ ਕਰੀਬ ਗੱਡੀ ਆਈ ਸੀ ਜਦੋਂ ਇਹਨੂੰ ਛੱਡਣ ਆਏ ਨੇ ਘਰੇ। ਅੱਛਾ ਜੀ। ਤਾਂ ਮੁੰਡਿਆਂ ਕੋਲੇ ਅਸਲੇ ਸ਼ਰਿਆਮ ਚੱਕੀ ਫਿਰਦੇ ਸੀਗੇ। ਠੀਕ ਹੈ ਜੀ ਤੇ ਮਤਲਬ ਸੀਐਮ ਵੀਐਸਲ ਕੇ ਚ ਫਿਰਦਾ ਸੀ ਤੇ ਇੱਥੋਂ ਤੱਕ ਵੀ ਜਿਹੜਾ ਸਾਡਾ ਤਹਿਸੀਲਦਾਰ ਹਾਂਜੀ ਤੇ ਐਸਡੀਐਮ ਸਾਹਿਬ ਉਹ ਭਲੇਖੇ ਚ ਵੀ ਸ਼ਾਇਦ ਸੀਐਮ ਦਾ ਸਾਹਿਬ ਇੱਧਰ ਆਏ ਨੇ ਅੱਛਾ ਜੀ ਉਹ ਮੇਰੇ ਘਰੇ ਆ ਗਏ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਚਲਾਏ ਤੁਸੀਂ ਉਹਨੂੰ ਰੋਟੀ ਪਾਣ ਤੱਕ ਉਹਨਾਂ ਨੂੰ ਖਵਾਇਆ ਮੈਂ ਬੇਨਤੀ ਵੀ ਉਹਨਾਂ ਨੂੰ ਕੀਤੀ ਮੈਂ ਮੈਨੂੰ ਆਦੇ ਕੀ ਗੱਲ ਹੈਗੀ ਹੈ ਮੈਂ ਦੱਸਿਆ ਮੈਂ ਕਿਹਾ ਗੱਲ ਹੈ ਤਾਂ ਉਹ ਚੁੱਪ ਕਰ ਗਏ ਮੈਂ ਕਿਹਾ ਮੈਂ ਕਿਹਾ ਜੀ ਕੰਟਰੋਲ ਹੋਣੀ ਚਾਹੀਦੀ ਚੀਜ਼ੇ ਗਲਤ ਏ ਠੀਕ ਹੈ ਤੁਸੀਂ ਇਹ ਗੱਲ ਆਖੀ ਹਾਂ ਮੈਂ ਮੈਂ ਕਿਹਾ ਉਹ ਵਾਲੇ ਚੋਕੀ ਮੁੰਡੇ ਖੁੰਡੇ ਆ ਕੀ ਕੀਤਾ ਜਾਵੇ ਚਲ ਸ਼ੋਰ ਕਰਦੇ ਆ ਹਾਂਜੀ ਮੈਂ ਆਖਿਆ ਜੀ ਮੈਨੂੰ ਡਰ ਲੱਗਦਾ ਜਿਹੜਾ ਇੰਨੇ ਮੁੰਡੇ ਆਏ ਨੇ ਇੰਨੇ ਹਥਿਆਰ ਨੇ ਤੁਹਾਨੂੰ ਉਦੋਂ ਤੁਹਾਡਾ ਡਰ ਲੱਗਿਆ ਵੀ ਡਰ ਮੈਨੂੰ ਲੱਗ ਮੈਨੂੰ ਮਹਿਸੂਸ ਹੋ ਗਿਆ ਸੀਗਾ ਵੀ ਵੀ ਕੰਮ ਖਰਾਬ ਹੀ ਏ ਕੰਮ ਖਰਾਬ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਚਲੋ ਜੋ ਫਿਰ ਉਸ ਤੋਂ ਬਾਅਦ ਏ ਆ ਉਹਦਾ ਘਰੇ ਕੁੜੀ ਦਾ ਸੀ ਵਿਆਹ ਕੀਤਾ ਰਹਿੰਦਾ ਸੀ ਬਿਲਕੁਲ ਘਰੇ ਆਰਾਮ ਨਾਲ ਕੋਈ ਕਿਸੇ ਤਰ੍ਹਾਂ ਦੀ ਇਹਨੇ ਕੋਈ ਗਲਤ ਐਕਟੀਵਿਟੀ ਨਹੀਂ ਕੀਤੀ ਘਰੇ ਹੀ ਮੇਰੇ ਕੋਲੇ ਘਰੇ ਰਹਿਣਾ ਅੱਛਾ ਜੀ ਤੇ ਤਰੀਕਾਂ ਤਰੂਕਾਂ ਤੇ ਮੈਂ ਜਿਹੜੀਆਂ ਤਬੇਲ ਹੋਈ ਸੀ ਮੈਂ ਆਪ ਨਾਲ ਜਾਂਦਾ ਸੀ ਮੈਂ ਕਿਤੇ ਮਿਸਣਾ ਹੋ ਜੇ ਬਿਲਕੁਲ 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 ਜੀ ਅਸੀਂ ਤਰੀਕ ਤੇ ਜਾਣਾ ਆਉਣਾ ਉਹਦਾ ਨਾਰਮਲ ਜ਼ਿੰਦਗੀ ਚੱਲਦੀ ਸੀਗੀ ਹਾਂ ਜੀ ਉਸ ਤੋਂ ਬਾਅਦ 12 ਵਾਲਾ ਜਿਹੜਾ ਇਲੈਕਸ਼ਨ ਆਇਆ ਹੈ ਹਾਂ ਜੀ ਵਿਧਾਨ ਸਭਾ ਦਾ ਹਾਂ ਜੀ ਉਹਦੇ ਚ ਫਿਰ ਇੱਕ ਪੋਲੀਟੀਸ਼ਨ ਦੇ ਨਾਲ ਹੀ ਰਲ ਗਿਆ ਠੀਕ ਹੈ ਜੀ ਫਿਰ ਉੱਥੇ ਇਹਦੇ ਤੋਂ ਕਤਲ ਹੋ ਗਿਆ ਜੀ ਠੀਕ ਹੈ ਜੀ ਉਹ ਇਹਦਾ ਕੀ ਪਤਾ ਕਿੰਨੇ ਕੀਤਾ ਹੈ ਕਿੰਨੇ ਨਹੀਂ ਕੀਤਾ ਜਦੋਂ ਉਹ ਨਾ ਇਹਦੇ ਲੱਗ ਗਿਆ ਹਾਂਜੀ ਠੀਕ ਹੈ ਜੀ ਪਰ ਉਹ ਪੋਲੀਟੀਸ਼ਨ ਵੀ ਨਾਲ ਸੀ ਇਹ ਤਾਂ ਹੁਣ ਪ੍ਰਮਾਤਮਾ ਜਾਣਦਾ ਜੀ ਵੀ ਕਿੰਨੇ ਕੀਤਾ ਹੈ ਬਿਲਕੁਲ ਫਿਰ ਹੈ ਜੀ ਪਗੋੜਾ ਹੋ ਗਿਆ ਪਗੋੜਾ ਹੋ ਗਿਆ ਹਾਂ ਉਸ ਤੋਂ ਬਾਅਦ ਤਾਂ ਫਿਰ ਇਹਨੇ ਬਹੁਤ ਕੁਝ ਕੀਤਾ ਜੀ ਸਾਡੇ ਨਹੀਂ ਮੱਥੇ ਲੱਗਾ ਜੀ ਮੈਂ ਬਹੁਤ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਇਨੂੰ ਸੰਪਰਕ ਕਰ ਸੰਭਰ ਨਹੀਂ ਆਇਆ ਹੈ ਮੇਰੇ ਕੋਲ ਦੋ ਵਾਰ ਹੀ ਆਇਆ ਹੈ ਜੀ ਉਸ ਤੋਂ ਬਾਅਦ ਪਹੌੜਾਉਣ ਤੋਂ ਬਾਅਦ ਦੋ ਵਾਰ ਹੀ ਆਇਆ ਕਰੇ ਠੀਕ ਹੈ ਜੀ ਬਾਕੀ ਮੈਨੂੰ ਕਰੇ ਨਹੀਂ ਸੀ ਆਉਂਦਾਗਾ ਉੰਜ ਮਲਾ ਲੈਂਦੇ ਸੀ ਮੁੰਡੇ ਆਉਂਦੇ ਸੀਗੇ ਮੈਨੂੰ ਕਾਰ ਤੇ ਲੈ ਜਾਂਦੇ ਸੀਗੇ ਠੀਕ ਹੈ ਜੀ ਵੀ ਦੱਸ ਦੇ ਨਹੀਂ ਸੀ ਕਿੱਥੇ ਜਾਣਾ ਹੈ ਕਿੱਥੇ ਨਹੀਂ ਉੱਥੇ ਬਸ ਅੱਗੇ ਜਾਂਦੇ ਨੂੰ ਮੈਂ ਬੈਠਾ ਹੁੰਦਾ ਸੀਗਾ ਠੀਕ ਹੈ ਜੀ ਇੱਕ ਵਾਰ ਹੀ ਆਇਆ ਪਿੰਡ ਸਾਡੇ ਇਹਦਾ ਦੋਸਤ ਸੀ ਉਹਦੀ ਡੈਥ ਹੋ ਗਈ ਸੀ ਐਕਸੀਡੈਂਟ ਹੋ ਕੇ ਮੁੰਡਾ ਛੋਟਾ ਹੋਇਆ ਸੀ ਠੀਕ ਹੈ ਉਹ ਵੀ ਮਾਪਿਆਂ ਦਾ ਇਕੱਲਾ ਇਕੱਲਾ ਹੀ ਸੀਗਾ ਇਹ ਉਹਦੇ ਬਹਿਣ ਆਇਆ ਹੈ ਉਦੋਂ ਆਇਆ ਹੈ ਠੀਕ ਹੈ ਜੀ ਤੇ ਬੜੀ ਕੋਸ਼ਿਸ਼ ਕੀਤੀ ਵੀ ਮੋੜਿਆਵੇ ਮੋੜਾਵੇ ਮੈਂ ਤਾਂ ਨਾ ਜੀ ਤੁਹਾਨੂੰ ਕੀ ਦਸਾਵਾਂ ਅਜਾ ਤੋ ਟਾਈਮ ਦਾ ਮਰਿਆਣਾ ਮਰਿਆ ਤਾਂ ਜਾਂਦਾ ਨਹੀਂ ਜੀ ਸਾਥ ਤਾਂ ਜਿੰਨੇ ਪਰਮਾਤਮਾ ਨੇ ਦਿੱਤੇ ਉਹਨੇ ਲੈਣਾ ਹੀ ਲੈਣੇ ਨੇ ਮੈਨੂੰ ਨਾ ਜਦੋਂ ਮਿਲੋਟ ਡੀਐਸਪੀ ਸੀ ਭੁੱਲਰ ਸਾਹਿਬ ਠੀਕ ਹੈ ਜੀ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਚਲਾ ਗਿਆ ਹਾਂਜੀ ਮੈਨੂੰ ਆਦੇ ਵੀ ਤੇਰੇ ਮੁੰਡੇ ਦੇ ਪੁਲਿਸ ਨੇ ਗੋਲੀ ਮਾਰ ਦੇਣੀ ਹੈ ਅੱਛਾ ਜੀ ਮੈਂ ਕਹਾਂ ਜੀ ਉਹ ਤਾਂ ਮੈਨੂੰ ਵੀ ਦੀਦਾ ਪਿਆ ਜਿਹੜੇ ਰਸਤੇ ਤੁਰਿਆ ਗੋਲੀ ਵੱਜੇਗੀ ਮੁੰਡੇ ਪੁਲਿਸ ਨਾਲ ਮਾਰੇਗੀ ਤੇ ਕੋਈ ਹੋਰ ਮਾਰ ਜੂਗਾ ਹਾਂਜੀ ਹਾਂਜੀ ਤੇ ਉਹ ਕੁਛ ਨਾ ਮੇਰੇ ਨਾਲ ਮਤਲਬ ਮੈਂ ਜਦੋਂ ਗੱਲ ਇਹ ਕੀਤੀ ਉਹ ਅੱਗੋਂ ਥੋੜਾ ਇਹ ਪੁਲਸੀ ਅੰਦਾਜ਼ ਚ ਔਖਾ ਜਿਹਾ ਬੋਲਿਆ ਹਾਂਜੀ ਮੈਂ ਫਿਰ ਉਹਨੂੰ ਹੱਥ ਜੋੜ ਕੇ ਮੈਂ ਕਿਹਾ ਜੀ ਤੁਸੀਂ ਐਂ ਕਰੋ ਵੀ ਮੇਰੇ ਮੈਨੂੰ ਆ ਤੁਸੀਂ ਸਮਝਾਉਂਦੇ ਨਹੀਂ ਇਹ ਉਹ ਮਤਲਬ ਮੈਨੂੰ ਔਖਾ ਜਿਹਾ ਬੋਲਿਆ ਬਿਲਕੁਲ ਜੀ ਮੈਂ ਕਿਹਾ ਜੀ ਤੁਸੀਂ ਐਂ ਕਰੋ ਮੇਰਾ ਮੂੰਹ ਕਾਲਾ ਕਰੋ ਹਾਂਜੀ ਮੇਰੇ ਗਾਲ ਦੇ ਵਿੱਚ ਇੱਕ ਫੱਟੀ ਪਾਓ ਉਹਦੇ ਉੱਤੇ ਲਿਖੋ ਵੀ ਜਿਨ੍ਹਾਂ ਦੀ ਲਾਦਾ ਮਾੜੀਆਂ ਨੇ ਉਹਨਾਂ ਦੇ ਮਾਪਿਆਂ ਦੇ ਆਹ ਲਾਤ ਹੁੰਦੇ ਨੇ ਮੈਂ ਗੱਲ 'ਚ ਸੰਗਲ ਪਾ ਕੇ ਮੈਨੂੰ ਮਲੋਟ ਅੱਡੇ ਦੇ ਬੰਨੋ ਬੰਨੋ ਮੈਂ ਕਿਹਾ ਜੀ ਮੈਂ ਆਵਦਾ ਤਾਂ ਨਹੀਂ ਸੁਧਾਰ ਸਕਿਆ ਕੋਈ ਪਰ ਜੇ ਇਹ ਇਹ ਵੇਖ ਕੇ ਕੋਈ ਇੱਕ ਹੀ ਸੁਧਰ ਗਿਆ ਤੇ ਮੈਂ ਤਾਂ ਵੀ ਸਮਝਾਂਗਾ ਵੀ ਮੈਂ ਕੁਝ ਨਾ ਕੁਝ ਸਮਾਜ ਨੂੰ ਚੰਗਾ ਦੇ ਗਿਆ ਠੀਕ ਮੇਰਾ ਆਵਦਾ ਤਾਂ ਨਹੀਂ ਮੈਂ ਦੇ ਸਕਿਆਗਾ ਉਹ ਤਾਂ ਨਹੀਂ ਮੁੜਦਾ ਜੀ ਮੈਂ ਕਿਹਾ ਹੂੰ ਉਹ ਤਾਂ ਮੈਂ ਕਿਹਾ ਜੀ ਮੈਨੂੰ ਦੀਦਾ ਪਿਆ ਉਹਨਾਂ ਵਾਲਾ ਸਮਾਂ ਭਾਵੇਂ ਅੱਜ ਆਜੇ ਭਾਵੇਂ ਸਾਲ ਨੂੰ ਆਜੇ ਤਾਂ ਉਹ ਫਿਰ ਮੈਨੂੰ ਨਾ ਉੱਠ ਕੇ ਤੇ ਉਹਨੇ ਜੱਫੀ ਪਾਲੀ ਮੈਨੂੰ ਆਂਦਾ ਵੀ ਇਹ ਸਰਦਾਰ ਜੀ ਕਾਨੂੰਨ ਨਿਆਂਜ ਦੇਂਦਾ ਗਾਏ ਹਾਂਜੀ ਮੈਂ ਕਹੇ ਜੀ ਮੈਂ ਐਫੀਡੇਵਿਟ ਦੇਣਾ ਆਪ ਲਿਖਾ ਕੇ ਲਿਆਉਣਾ ਐਫੀਡੇਵਿਟ ਉਹ ਆਉਂਦੇ ਨਹੀਂ ਤੇਰੇ ਕਰਮਾਂ ਦਾ ਬਾਜੀ ਫਿਰੇ ਵੈਸੇ ਮੇਰਾ ਬੇਟਾ ਪੁਲਿਸ ਨੇ ਨਹੀਂ ਮਾਰਿਆ ਜੀ ਇਹ ਪੀੜ ਕਤਲ ਏ ਜੀ ਇਹਦਾ ਉਹ ਇਹ ਤਾਂ ਕਤਲ ਏ ਪਰ ਚਲੋ ਸਾਡੇ ਸਮਾਜ ਦੇ ਵਿੱਚ ਚੱਲਦਾ ਜੀ ਦੁੱਖ ਏ ਮੈਨੂੰ ਜੇ ਮੈਨੂੰ ਆਪਦੇ ਮੁੰਡੇ ਦਾ ਦੁੱਖ ਏ ਤੇ ਜਿਹੜੇ ਇਹਨੇ ਮਾਰੇ ਨੇ ਮੈਨੂੰ ਉਹਨਾਂ ਦਾ ਵੀ ਦੁੱਖ ਏ ਜੀ ਮੈਂ ਜਿਹੜੇ ਨੇ 12 ਦੇ ਵਿੱਚ ਜਿਹੜਾ ਇਲੈਕਸ਼ਨ ਦੇ ਵਿੱਚ ਕਤਲ ਕੀਤਾ ਸੀ ਮੁੰਡਾ ਪਿਆਰੇਆਣੇ ਦਾ ਜੀ ਮੈਂ ਆਪ ਉਹਨਾਂ ਦੇ ਘਰੇ ਬਹਿ ਕੇ ਆਇਆ ਸੀ ਅੱਛਾ ਜੀ ਤਾਂ ਉਹਨਾਂ ਤੋਂ ਮੈਂ ਮਾਫੀਆਂ ਹੀ ਮੰਗਦਾ ਰਿਹਾ ਤੇ ਪਰ ਉਹ ਵੀ ਬੜੇ ਵੱਡੇ ਜਿਗਰੇ ਵਾਲਾ ਬੰਦਾ ਸੀ ਮੈਨੂੰ ਆਦਾ ਸਰਾਰ ਜੀ ਤੇਰਾ ਕੀ ਕਸੂਰ ਹੈ ਤੇਰਾ ਕੀ ਕਸੂਰ ਹੈ ਤੂੰ ਐਵੇਂ ਹੱਥ ਜੋੜੀ ਜਾਣਾ ਮੈਂ ਕਹਿੰਦਾ ਜੀ ਮੇਰਾ ਕਸੂਰ ਹੈ ਮੈਂ ਮਾੜਾ ਜੰਮਿਆ ਤੇ ਕਿ ਤੁਹਾਡੇ ਜਿਹੜੀ ਜ਼ਮੀਨ ਕਿੰਨੀ ਸੀ ਤੇ ਇਹਨਾਂ ਹਾਲਾਤਾਂ ਦੇ ਵਿੱਚ ਆ ਕੇ ਕਿੰਨਾ ਕਿਹੜਾ ਤੁਹਾਨੂੰ ਆਰਥਿਕ ਨੁਕਸਾਨ ਕਿੰਨਾ ਹੋਇਆ ਆਰਥਿਕ ਨੁਕਸਾਨ ਤਾਂ ਇੰਨਾ ਹੀ ਹੋਇਆ ਜੀ ਬਸ ਕੋ ਕੁਦਰਤ ਦੀ ਕਰੋਪੀ ਸੀ 9 ਕਿੱਲੇ ਜ਼ਮੀਨ ਤਾਂ ਮੇਰੀ ਵੇਗ ਗਈ ਸੀ ਇਹਦੇ ਕਿਸਾਂ ਚੀਜ਼ ਅੱਛਾ ਜੀ ਫਿਰ 11 ਦੇ ਵਿੱਚ ਜੋ ਜਿਹੜਾ ਫਲੱਡ ਆਇਆ ਸੀ ਉਹ ਸਾਡੇ ਸੇਮ ਆ ਗਈ ਜੀ ਸੇਮ ਆ ਗਈ ਉਦੋਂ ਦਾ ਸੀ ਤਾਂ ਹੁਣ ਰੋਟੀ ਜਿਹੜੀ ਹੈ ਨਾ ਜੀ ਬਸ ਆਟਾ ਮੁੱਲ ਦਾ ਲੈ ਕੇ ਖਾਣੇ ਆ ਜੀ ਅੱਛਾ ਇਹ ਜਿਹੜਾ 9 ਕਿੱਲੇ ਤੁਹਾਡੀ ਜ਼ਮੀਨ ਇਸ ਇਸੇ ਚੱਕਰ ਦੀ ਇਸੇ ਚੱਕਰ ਚ ਵੇਗ ਗਈ ਸੀ ਤੇ ਇਹਦੇ ਮਤਲਬ ਤੁਹਾਡੇ ਇਹਨਾਂ ਤੋਂ ਬਿਨਾ ਹੋਰ ਮਤਲਬ ਬੇਟੇ ਜਾਂ ਬੇਟੀਆਂ ਦੋ ਬੇਟੀਆਂ ਮੇਰੀਆਂ ਜੀ ਅੱਛਾ ਜੀ ਇੱਕ ਇੱਕ ਤੋਂ ਛੋਟੀ ਸੀ ਇੱਕ ਵੱਡੀ ਸੀ ਅੱਛਾ ਜੀ ਇੱਕ ਦੀ ਸ਼ਾਦੀ ਮੈਂ 8 'ਚ ਕਰਤੀ ਸੀ ਇੱਕ ਦੀ 11 'ਚ ਕਰਤੀ ਸੀ ਠੀਕ ਹੈ ਜੀ ਲੜਕੀਆਂ ਦੋਵਾਂ ਦੇ ਵਿਆਹ ਇਹਦੀ ਜਿਉਂਦਿਆਂ ਤੋਂ ਹੋ ਗਏ ਸੀ ਜਿਉਂਦਿਆਂ ਤੋਂ ਹੋ ਗਏ ਸੀ ਅੱਛਾ ਤੇ ਇਹ ਜਦੋਂ ਤੋਂ ਪੁਲਿਸ ਇਹ ਬਾਹਰ ਸੀ ਪੁਲਿਸ ਤੋਂ ਵੀ ਕਿੰਨੇ ਸੀ ਕਿ ਭਗਾਉੜਾ ਸੀ ਉਹ ਸਮੇਂ ਦੌਰਾਨ ਪੁਲਿਸ ਕੋਈ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਪੁਲਿਸ ਨਹੀਂ ਸਾਨੂੰ ਮਤਲਬ ਪੁਲਿਸ ਆਉਂਦੀ ਸੀ ਪੁਲਿਸ ਨੇ ਸਾਨੂੰ ਨਹੀਂ ਤੰਗ ਕੀਤਾ ਜੀ ਐਵੇਂ ਆਖੀਏ ਕਿਤੇ ਨਹੀਂ ਕਿਉਂਕਿ ਪੁਲਿਸ ਨੂੰ ਪਤਾ ਲੱਗ ਜਾਂਦਾ ਜੀ ਵੀ ਇਹਨਾਂ ਦਾ ਕਿੰਨਾ ਕੁ ਰੋਲ ਹੈ ਮਾਂਪੇ ਉਹਦੇ ਵਿੱਚ ਮਾਂਪੇ ਉਹਦੇ ਵਿੱਚ ਜਾਂ ਉਹ ਉਹ ਵੀ ਇਹ ਜਾ ਸੀਗਾ ਦਿਮਾਗ ਦਾ ਵੀ ਉਹ ਨਾਂ ਪੈਣਾ ਕੋਲੇ ਗਿਆ ਸੀ ਤੇ ਨਾਂ ਹੀ ਸਾਡੇ ਕੋਲੇ ਆਇਆ ਸੀ ਕਿਸੇ ਰਿਸ਼ਤੇਦਾਰ ਕੋਲੇ ਨਹੀਂ ਜਾਂਦਾ ਸੀ ਠੀਕ ਹੈ ਬਾਹਰ ਹੀ ਲੈਂਦਾ ਸੀ ਬਾਹਰ ਹੀ ਉਹਨੇ ਦਸ ਮੁੰਡੇ ਦੱਸਦੇ ਵੀ ਉਹਨੇ ਸਾਰੀ ਜਿੰਨਾ ਹੈ ਉਹਦਾ ਪਗੋੜਾ ਰਿਆ ਨਾ ਉਹ ਹੋਟਲਾਂ ਜੀ ਕੱਟੀ ਉਹਨੇ ਜੀ ਹੋਟਲਾਂ ਚ ਕੱਟੀ ਹੋਟਲਾਂ ਜੀ ਤੇ ਇਹ ਤਾਂ ਹੋ ਗੱਲ ਕਿਤੇ ਨਾ ਕਿਤੇ ਜਿਵੇਂ ਅਸੀਂ ਵੀ ਗੱਲ ਕੀਤੀ ਸੀ ਵੀ 6 ਇੱਕ ਗੌਰ ਸ਼ਹੀਦ ਤੁਹਾਡਾ ਹੈਪੀ ਸ਼ੇਰਾ ਖੁੱਭਣ ਮਣਨਾ ਕਿਤੇ ਨਾ ਕਿਤੇ ਉਹੀ ਜਿਹੜੀ ਤੁਸੀਂ ਗੱਲ ਆਖਿਆ ਵੀ ਇਹਨੂੰ ਤੁਸੀਂ ਮੰਨਦੇ ਹੋ ਕਿ ਸਿਸਟਮ ਦਾ ਹੀ ਹਿੱਸਾ ਜੋ ਜਿਹੜੇ ਨੌਜਵਾਨ ਹੈ ਉਹ ਜਿਹੜੇ ਗਲਤ ਰਾਹਾਂ ਤੇ ਤੁਰ ਪੈਂਦੇ ਆ ਗਲਤ ਸਾਈਡ ਤੇ ਚੱਲ ਪੈਂਦੇ ਆ ਵੀ ਕੋਈ ਨਾ ਕੋਈ ਸਾਡਾ ਸਿਸਟਮ ਹੀ ਉਹਦੇ ਜ਼ਿੰਮੇਵਾਰ ਆ ਜਾਂ ਕੋਈ ਹੋਰ ਕਾਰਨ ਵੀ ਤੁਹਾਨੂੰ ਲੱਗਦਾ ਨਹੀਂ ਨਹੀਂ ਸਿਸਟਮ ਦਾ ਬਹੁਤ ਮੈਂ ਤਾਂ ਸਭ ਤੋਂ ਪਹਿਲਾਂ ਸਿਸਟਮ ਦਾ ਹੀ ਕਿਹਾ ਜੀ ਹਾਂ ਜੀ ਵੀ ਸਿਸਟਮ ਨੇ ਜੇ سپورٹس ਵਿਭਾਗ ਜੇ ਦੀ ਸਹੀ ਇਹਨੂੰ ਜਿੱਥੇ ਜਿਹੜੀ ਯੋਗਤਾ ਸੀ ਯੋਗਤਾ ਸੀ ਉਹਦੇ ਆਧਾਰ ਤੇ ਇਹਨੂੰ ਸਿਲੈਕਟ ਕਰਦਾ ਤੇ ਇਸ ਪਾਸੇ ਤੁਰਦਾ ਹੀ ਨਹੀਂ ਸੀਗਾ ਇਹ ਸਪੋਰਟਸ ਵਿਭਾਗ ਦੇ ਵਿੱਚ ਸਪਾਰਸ਼ਾਂ ਹੀ ਚੱਲਦੀਆਂ ਅੱਜ ਵੀ ਚੱਲੀਆਂ ਜਾਂਦੀਆਂ ਨੇ ਅੱਜ ਵੀ ਚੱਲੀਆਂ ਜਾਂਦੀਆਂ ਨੇ ਸਾਰੇ ਸਿਸਟਮ 'ਚ ਹੀ ਸਪਾਰਸ਼ਾਂ ਸਾਡੇ 'ਚ ਹਰਿਆਣਾ ਜਿਹੜਾ ਇਹ ਅੱਗੇ ਕਿਉਂ ਜਾ ਰਿਹਾ ਹੈ ਹਾਂਜੀ ਸਾਡੇ ਨਾਲ ਕੋਈ ਵੱਧ ਰੋਟੀਆਂ ਨਹੀਂ ਖਾਂਦੇ ਕੋਈ ਵੱਧ ਤਾਕਤ ਵਾਲੇ ਨਹੀਂ ਹੈਗੇ ਇਹ ਇਹ ਤੁਸੀਂ ਇਹਦੇ ਕਿਸੇ ਦੋਸਤ ਨੂੰ ਪੁੱਛ ਲਿਆ ਜੀ ਹਾਂਜੀ ਇਹ ਐ ਕੂਣੇ ਨਾਲ ਜਿਹੜੀ ਸਵਾ ਕੁਇੰਟਲ ਦੀ ਬਰਫ਼ ਦੀ ਸਿੱਲੀ ਹੁੰਦੀ ਹੈ ਨਾ ਮੇਰੇ ਚਾਚਾ ਜੀ ਦੀ ਡੈਥ ਹੋਈ ਸੀ ਅੱਛਾ ਜੀ ਤੇ ਉਹ ਲਾਉਣੀ ਸੀ ਬਰਫ਼ ਤੇ ਸਾਨੂੰ ਸੂਹਾ ਨਹੀਂ ਸੀ ਮਿਲ ਰਿਹਾਗਾ ਅੱਛਾ ਜੀ ਕਿਉਂਕਿ ਜਦੋਂ ਹਵਾ ਤੈਝੇ ਹੋ ਜਾਂਦੇ ਆ ਹਾਂਜੀ ਹਾਂਜੀ ਤੇ ਇਹਨੇ ਕੁਣੀ ਮਾਰ ਕੇ ਨਾ ਬਰਫ਼ ਸਿੱਲੀ ਪੰਨਦੀ ਸੀ ਹਾਂ ਪੰਜ ਟਾਈਮ ਅਮਾਰੇ ਰਾਕਟ ਪੰਜ ਟਾ ਪੰਨ ਦਿੰਦਾ ਸੀ ਐ ਕਰ ਹਾਂਜੀ ਜੇ ਹੀ ਉਸ ਸਮੇਂ ਇਹਦਾ ਜੀ ਸਹੀ ਸਿਲੈਕਸ਼ਨ ਹੋਈ ਹੁੰਦੀ ਯੋਗ ਤੇ ਅੱਜ ਹੋ ਸਕਦਾ ਸਾਡੇ ਦੇਸ਼ ਲਈ ਵੀ ਕੁਤਰ ਕੁਛ ਨਾ ਕੁਛ ਕੁਛ ਨਾ ਕੋਈ ਕਰਦਾ ਜੀ ਬਿਲਕੁਲ ਬਾ ਜਿਹੜੀ ਗੱਲ ਮੁੱਖ ਇੱਥੇ ਹੈ ਜਿਹੜੀ ਸਾਡੀ ਹੈ ਕਿ ਜਿਹੜੇ ਨੌਜਵਾਨ ਆ ਅੱਜ ਵੀ ਕਈ ਚਲੋ ਕੁਛ ਨਾ ਕੁਛ ਅਸੀਂ ਕਹਿਣਿਆ ਕਿਉਂਕਿ ਜੇ ਸ਼ੌਂਕ ਨੂੰ ਵੀ ਇੱਕ ਕੁਝ ਪਰਸੈਂਟ ਇੱਕ ਦੋ ਪਰਸੈਂਟ ਇਸ ਰਸਤੇ ਤੋਰ ਪੈਂਦੀ ਹੈ ਗਾਣਿਆਂ ਦੇ ਵਿੱਚ ਵੀ ਜੇ ਅਸੀਂ ਦੇਖਦੇ ਆ ਉਹ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਤੁਸੀਂ ਇਹ ਤੁਹਾਡੇ ਸਭ ਬੀਤਿਆ ਹੋਇਆ ਤੁਸੀਂ ਇਹ ਹੰਡਾਇਆ ਹੋਇਆ ਦੁੱਖ ਹੰਡਾਇਆ ਹੋਇਆ ਇੱਕ ਪੁੱਤ ਦਾ ਚਲੇ ਜਾਣਾ ਸਮੇ ਤੋਂ ਪਹਿਲਾਂ ਬਹੁਤ ਵੱਡਾ ਦੁੱਖ ਹੁੰਦਾ ਮਾਪਿਆਂ ਲਈ ਜਿਉਂਦੇ ਜਰੂਰ ਹੁੰਦੇ ਆ ਪਰ ਉਹ ਜਿਉਣਾ ਕੁਝ ਨਹੀਂ ਹੁੰਦਾ ਪਰ ਜਿਹੜੇ ਨੌਜਵਾਨ ਅੱਜ ਵੀ ਇੰਧਾਰਾ ਹਾਂ ਤੇ ਆ ਉਹਨਾਂ ਲਈ ਤੁਸੀਂ ਕੀ ਕਹਿੰਦੇ ਉਹਨਾਂ ਦਾ ਮੇਰੀ ਕੋਈ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨੇ ਜਿਹਨੂੰ ਕੋਈ ਸ਼ੌਂਕ ਹੋਵੇ ਨਾ ਇਹ ਜੇ ਕੰਮ ਦਾ ਤਾਂ ਸਾਡੇ ਕੋਲ ਇੱਕ ਦੋ ਰਾਤਾਂ ਲਾ ਕੇ ਜਾ ਕੇ ਵੇਖੇ ਰਾਤ ਨੂੰ ਆਣ ਕੇ ਨਾ ਕੋਈ ਵੀ ਬੰਦਾ ਚੈੱਕ ਕਰਦਾ ਮੈਂ 11 ਵਜੇ ਤੋਂ ਬਾਅਦ ਮੈਨੂੰ ਪੁੱਤ ਨੀਂਦ ਨਹੀਂ ਆਉਂਦੀ ਤੇ ਕੋਈ ਵੀ ਇਹ ਜੀ ਰੋਟੀ ਨਹੀਂ ਹੈ ਸਾਡੀ ਦੋ ਜਿੰਗਾਂ ਦੀ ਜਦੋਂ ਅਸੀਂ ਰੋਟੀ ਖਾਣ ਲੱਗੇ ਹੋਈਏ ਤੇ ਅਸੀਂ ਇਹਨੂੰ ਆਵਾਜ਼ ਨਾ ਮਾਰ ਗਏ ਅੱਜ ਤੱਕ ਇਹ ਜੀ ਕੋਈ ਫੁਰਕੀ ਨਹੀਂ ਗਈ ਅਸੀਂ ਇਹਨੂੰ ਆਣੇ ਆਪਾਂ ਪੁੱਤ ਰੋਟੀ ਖਾਈਏ ਇਹ ਦੇ ਨਾਲ ਤੁਹਾਡਾ ਮਾਪਿ ਉਹ ਨਾ ਵੇਖੇ ਜਿਹੜੇ ਦਿਨ ਅਸੀਂ ਵੇਖੇ ਹਨ ਇਹ ਜ ਨੌਜਵਾਨਾਂ ਦੇ ਕੋਈ ਬੇਨਤੀ ਵੀ ਇਸ ਪਾਸੇ ਨਾ ਕੋਈ ਆਵੇ ਬਸ ਕੋਈ ਕਿਸੇ ਨੇ ਕੁਝ ਖਟਿਆਗਾ ਇਹਦੇ ਵਿੱਚੋਂ ਇਹਦੀ ਸਾਲ ਦੋ ਸਾਲ ਉਮਰ ਹੁੰਦੀ ਹੈ ਜਿਹੜਾ ਹੈ ਗਲਤ ਕੰਮਾਂ ਵਾਲਾ ਬੰਦਾ ਹੁੰਦਾ ਹੈ ਜਾਂ ਗੈਂਗਵਾਰ ਚ ਮਾਰਿਆ ਜਾਂਦਾ ਹੈ ਜਾਂ ਪੁਲਿਸ ਦੇ ਹੱਥੋਂ ਪੁਲਿਸ ਮਾਰ ਦਿੰਦੀ ਬਹੁਤ ਔਖਾ ਜੀ ਮੈਂ ਬੱਚਿਆਂ ਤੇ ਇਹ ਅਪੀਲ ਹੈ ਵੀ ਥੋੜੀ ਖਾ ਲੋ ਮਿਹਨਤ ਦੀ ਖਾਓਗੇ ਨਾ ਤੇ ਉਹ ਪਚੇਗੀ ਤੁਹਾਨੂੰ ਤੁਹਾਡੇ ਪੀੜੀਆਂ ਤੱਕ ਪਹੁੰਚੇਗੀ ਮੈਂ ਵੀ ਕੋਈ ਜ਼ਿੰਦਗੀ ਚ ਮਾੜਾ ਕਰਮ ਕੀਤਾ ਹੋਣਾ ਜੀ ਜਿਹੜੀ ਇਹ ਸਜ਼ਾ ਮਿਲੀ ਉਸ ਤੋਂ ਬਾਅਦ ਇਹਦੇ ਜਾਣ ਤੋਂ ਬਾਅਦ ਮੇਰਾ ਜਵਾਈ ਗੁজার ਗਿਆ ਜੀ ਕਿਹੜੇ ਜਦੋਂ ਇਹ ਇਸ ਲੈਂਡ ਚ ਆਇਆ ਜੀ ਉਦੋਂ ਉਮਰ ਕਿੰਨੀ ਸੀ ਤੇ ਜਦੋਂ ਇਹਦੀ ਮੌਤ ਹੋਈ ਆ ਉਦੋਂ ਉਮਰ ਕਿੰਨੀ ਕਿੰਨੀ ਉਮਰ ਦੀ ਮੌਤ ਹੋ ਗਈ ਸੀ ਇਹ ਲੈਂਡ ਚ ਕਿੰਨੀ ਉਮਰ ਚ ਆ ਗਿਆ ਸੀ ਇਹਦਾ ਜਨਮਿਕ ਹੈ ਜੀ 10 8 1988 ਦਾ ਜੀ ਅੱਛਾ ਜੀ ਤੇ ਇਹ 2008 7 ਦੇ ਵਿੱਚ ਇਸ ਲੈਂਡ ਚ ਆ ਗਿਆ ਸੀ 7 ਦੇ ਵਿੱਚ ਆ ਗਿਆ ਸੀ 20 ਸਾਲ ਦੀ ਉਮਰ ਸੀ ਹਾਂ ਜੀ 20 ਸਾਲ ਦੀ ਉਮਰ ਜਦੋਂ ਲੈ ਬਸ ਹਾਂ ਠੀਕ ਹੈ ਜੀ 7 ਚ ਆਇਆ ਤੇ 12 ਚ ਮਾਰਿਆ ਗਿਆ ਜੀ 24 ਸਾਲ ਦੀ ਉਮਰ ਨਹੀਂ 24 ਨਹੀਂ ਬਣਦੀ 24 ਕਿਵੇਂ ਬਣਦੀ 88 ਤੋਂ ਲਾਲੋ ਤੁਸੀਂ 22 ਸਾਲ ਉਮਰ ਬਣਦੀ ਠੀਕ ਹੈ ਜੀ ਮਤ ਚਲੋ ਉਮਰ ਤਾਂ ਜਿੰਨੀ ਵੀ ਹੋਵੇ ਚੋ 24 ਗੱਲ ਇਹ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਇਸ ਪਾਸੇ ਤਾਂ ਅਸੀਂ ਤੁਸੀਂ ਦੇਖਿਆ ਕਿ ਅਸੀਂ ਗੱਲਬਾਤ ਕੀਤੀ ਸ਼ੇਰਾ ਖੁਪਨ ਦੇ ਪਿਤਾ ਜੀ ਨਾਲ ਉਹਨਾਂ ਨਾਲ ਗੱਲਬਾਤ ਕਰਨ ਦਾ ਸਾਡਾ ਜਿਹੜਾ ਮੁੱਖ ਮਕਸਦ ਇਹ ਹੀ ਹੈ ਕਿ ਕਿਹਾ ਜਾਂਦਾ ਹੈ ਕਿ ਜਿਹੜਾ ਇਸ ਪਾਸੇ ਆਉਂਦਾ ਹੈ ਉਹ ਇਸ ਪਾਸੇ ਆਉਣ ਦਾ ਰਸਤਾ ਬਹੁਤ ਸੌਖਾ ਪਰ ਮੁੜਨਾ ਬਹੁਤ ਔਖਾ ਇਹ ਰਸਤੇ ਆਸਾਨ ਲੱਗਦੇ ਆ ਪਰ ਇਹਨਾਂ ਤੇ ਆ ਕੇ ਵਾਪਸ ਜਾਣਾ ਬੜਾ ਮੁਸ਼ਕਲ ਹੁੰਦਾ ਹੈ ਪਰਿਵਾਰ ਦਾ ਤੁਸੀਂ ਦੇਖਿਆ ਕਿ ਕੀ ਹਾਲ ਹੁੰਦਾ ਜਿਹੜੀ ਅਸੀਂ ਇਹ ਗੱਲ ਨੂੰ ਮੰਨਦੇ ਆ ਕਿ ਸਾਡਾ ਸਿਸਟਮ ਹੀ ਅਜੇ ਹੈ ਜਿਹੜਾ ਨੌਜਵਾਨਾਂ ਨੂੰ ਇਸ ਪਾਸੇ ਲੈ ਕੇ ਜਾਂਦਾ ਕਿੰਨਾ ਤਕੜਾ ਖਿਡਾਰੀ ਸੀ ਸਿਰਫ ਇੱਕ ਸ਼ਿਫਾਰਸ਼ ਦੀ ਵਜ੍ਹਾ ਦੇ ਨਾਲ ਕਿਹੜੇ ਪਾਸੇ ਉਹਨੂੰ ਜਿਹੜਾ ਸਾਰਾ ਲੈ ਗਿਆ ਪਰਿਵਾਰ ਨੂੰ ਅੱਜ ਜੇਕਰ ਸਹੀ ਸਿਲੈਕਸ਼ਨ ਹੋਈ ਹੁੰਦੀ ਸਹੀ ਪਾਸੇ ਤੋਰਿਆ ਹੁੰਦਾ ਪਰਿਵਾਰ ਦਾ ਵੀ ਨਾਮ ਰੋਸ਼ਨ ਹੋਣਾ ਸੀ ਪੰਜਾਬ ਦਾ ਵੀ ਨਾਰੋਚਣਾਣਾ ਸੀ ਤੇ ਭਾਰਤ ਦਾ ਵੀ ਨਾਰੋਚਣਾਣਾ ਸੀ ਜਿਸ ਤਰੀਕੇ ਦਾ ਖਿਡਾਰੀ ਸੀ ਜਿੰਨੀ ਉਹਦੇ ਵਿੱਚ ਤਾਕਤ ਸੀ ਪਰ ਸਿਸਟਮ ਦੀ ਵਜ੍ਹਾ ਨਾਲ ਕੁਝ ਜੇਕਰ ਅਸੀਂ ਗੱਲ ਕਰੀਏ ਸ਼ਫਾਰਿਸ਼ਾਂ ਦੀ ਵਜ੍ਹਾ ਨਾਲ ਤਾਂ ਇੱਕ ਖਿਡਾਰੀ ਇੱਕ ਨੌਜਵਾਨ ਇੱਕ ਗੈਂਗਸਟਰ ਬਣ ਗਿਆ ਜਿਹਦਾ ਕਿ ਅੱਜ ਪਰਿਵਾਰ ਨੂੰ ਵੀ ਘਾਟਾ ਨਹੀਂ ਪੂਰਾ ਹੁੰਦਾ ਤੇ ਜਿਹੜਾ ਸਮਾਜ ਆ ਉਹ ਤੇ ਜਾਂ ਪ੍ਰਸ਼ਾਸਨ ਆਉਣ ਤਾਂ ਉਹਨੂੰ ਇੱਕ ਨਾਂ ਦੇਣਾ ਹੀ ਹੁੰਦਾ ਉਹ ਦਿੱਤਾ ਗਿਆ ਤਾਂ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪਿਤਾ ਜੀ ਨੇ ਕਿਹਾ ਕਿ ਜੇ ਕਿਸੇ ਨੂੰ ਇਹ ਲੱਗਦਾ ਕਿ ਰਸਤਾ ਵਧੀਆ ਤਾਂ ਇੱਕ ਦੋ ਰਾਤਾਂ ਇਹਨਾਂ ਕੋਲ ਆਉਣ ਇਹਨਾਂ ਦਾ ਰਾਤਾਂ ਦਾ ਮਕਸਦ ਇਹੀ ਹੈ ਕਿ ਇਹਨਾਂ ਦੀ ਜਿਹੜੀ ਕਹਾਣੀ ਸੁਣੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਰਸਤੇ ਕਿੰਨੇ ਖਤਰਨਾਕ ਹੈ ਤੇ ਪਰਿਵਾਰ ਤੇ ਉਸ ਤੋਂ ਬਾਅਦ ਕੀ ਬੀਤਿਆ